ਨਾ ਓਏ ਦੋਸਤ ਪਾਪੀ ਸਾਰੀ ਗਲੀ ਖਰਾਬ ਕਰਦੀ, ਅੱਖਾਂ ਫੁੱਟੀਆਂ ਨੇ ਓਏ ਦੱਸਾਂ। ਅੱਛਾ ਤੂੰ ਹੋਏ ਚਾਚਾ, ਕਿਉਂ ਅੱਖਾਂ ਤੇ ਜਲ ਆ ਗਿਆ ਤੇਰੇ, ਕੀ ਮੋਤੀਆਂ ਨਿਕਲੇ ਤੇਰੇ? ਉਹ ਮਹਾਂ ਕਲੀ ਪਾਈ ਆ ਵਧੀਆ, ਖਰਾਬ ਕਰਤੀ ਸਾਰੀ। ਕਲੀ ਪਾਉਣ ਤੇਰੀ ਭੂਆ ਦਾ ਵਿਆਹ ਰੱਖਿਆ ਰੇ। ਕੋਈ ਨਾ ਮੇਰੀ ਗੱਲ ਸੁਣ, ਤੂੰ ਜਾ ਦੇ ਨਾ ਫਿਕਰ ਫੁਕਰ ਜੀ ਕਰਿਆ ਕਰ, ਠੀਕ ਹੈ? ਜੇ ਕੋਈ ਵੀ ਲੋੜ ਹੁੰਦੀ ਹੈ ਤੂੰ ਬਸ ਮੈਨੂੰ ਦੱਸ ਜਿਆ ਕਰ। ਹਾਂ ਬਸ ਲੈਣ ਦੇਣ ਦੀ ਫਿਕਰ ਜਿਹੀ ਆ ਜੀ। ਲੈਣ ਦੇਣ ਦੀ ਕੀ ਫਿਕਰ ਕਰੀ ਜਾਂਦੀ ਆ, ਲੇਟ ਹੋ ਗਏ ਕਿਤਾਬਾਂ। ਮੈਂ ਤੈਨੂੰ ਕਦੋਂ ਦਾ ਫੋਨ ਕਰਿਆ ਹੈਗਾ? 15 ਲੱਖ ਦਾ ਫਿਕਰ ਤਾਂ ਮੈਂ ਛੱਡ ਦਵਾਂਗਾ ਨਾ। ਤੂੰ ਬਾਉਲੀ ਹੋਈ ਆ, ਮੈਂ ਕਹਿਣਾ ਬਾਰੀ ਬਾਰੀ ਉਹੀ ਗੱਲਾਂ ਜੀਆਂ ਕਰੀ ਜਾਂਦੀ ਆ। ਦੇਖਿਆ ਦੁਖਿਆ ਤਾਂ ਨੀ ਕਿਸੇ ਨੇ ਆਪਾਂ ਨੂੰ? ਪੱਠਣ ਨੀ ਬਣਦੀ, ਮੈਂ ਤਾਂ ਕਿਹਾ ਗਾ ਥੋੜੀ ਜੀ ਤੱਤੀ ਚੱਲਦੀ ਆ, ਪੱਠਣ ਬਾਹਰ ਹੋ ਜਾਂਦੇ ਆ ਮੇਰੇ ਤੋਂ, ਨਾਲੇ ਸਾਰਦੀ ਨੀ। ਹੋਰ ਉਹਦੀ ਕਹਿੰਦੀ ਆ ਰਾਮ ਸਰੂਪ ਆ ਜਾ, ਐਂ ਕਰਨਾ ਬਾ ਕਰਨਾ, ਮੇਰੇ ਬਿਨਾਂ ਤਾਂ ਬਿੰਦ ਸਾਂ ਨਹੀਂ ਲੈਂਦੀ ਹੈਗੀ ਉਹ। ਅੱਛਾ ਹਾਂ, ਐਂ ਆਨਾ ਕਿ ਫਿਰ ਆਪਾਂ ਤਾਂ ਮੂਰੇ ਲੱਗ ਕੇ ਕਰਦੇ ਉਹਨਾਂ ਦਾ ਸਾਰਾ ਕੁਛ ਪੱਠਣ ਕਾ। ਪੈਲਸਣ ਦੀ ਤਾਂ ਟੈਨਸ਼ਨ ਛੱਡ ਦਵਾਂ, ਪੈਨਸ਼ਨ ਲਵਾਉਣਾ ਤੇਰੀ ਜਾ ਕੇ। ਹਾਂ ਲੇਟ ਹੋ ਰਿਹਾ ਫਿਰ ਆਪਾਂ, ਲੇਟ ਨੂੰ ਲੱਗੀ ਆ ਵਾਲੇ ਚੰਗੇ ਆ। ਨੈਬ ਜੀ ਤੁਸੀਂ ਇੱਧਰ ਤੜਕੇ ਤੜਕੇ ਕਿੱਧਰ ਤੁਰੇ ਫਿਰਦੇ ਹੋ? ਹਾਂ ਮੈਂ ਤਾਂ ਇੱਥੇ ਗਿੱਡੂ ਗੈਂਗਸਟਰ ਨੂੰ ਸੰਮਣ ਦੇ ਦੇਣ ਆਇਆ ਸੀਗਾ। ਅੱਛਾ ਜੀ, 4 ਮਹੀਨੇ ਹੋ ਗਏ ਸੰਮਣ ਕੱਢਿਆ ਨੂੰ, ਕੋਈ ਡਰਦਾ ਮੇਰਾ ਹੱਥ ਹੀ ਨਹੀਂ ਪਾਉਂਦਾ ਕਿਤੇ ਸਾਲਾ ਕੁਛ ਕਰਾਇਆ ਹੀ ਨਾ ਦੇਵੇ। ਹਾਂ ਹੋਰ, ਫਿਰ ਅੱਕ ਕੇ ਮੈਂ ਹੱਥ ਪਾਇਆ ਸੰਮਣਾ ਨੂੰ, ਤੈਨੂੰ ਪਤਾ ਫਿਰ ਮੇਰੇ ਅੱਗੇ ਪਿੱਛੇ ਦਾ ਕੋਈ ਹੈ ਨੀਗਾ, ਕੋਈ ਡਰਦਾ ਮੇਰਾ ਹੱਥ ਤਾਂ ਨਹੀਂ ਪਾਉਂਦਾ। ਕਿਸੇ ਦੀ ਘਰ ਵਾਲੀ ਹੁੰਦੀ ਹੈ, ਕਿਸੇ ਦੇ ਬਾਲ ਬੱਚੇ ਹੁੰਦੇ ਨੇ, ਕਿਸੇ ਦੀ ਸੋਹਣੀ ਗੱਲ ਹੁੰਦੀ ਹੈ। ਹਾਂਜੀ ਹਾਂਜੀ ਇਹ ਤਾਂ ਹੈ, ਮੇਰੇ ਅੱਗੇ ਪਿੱਛੇ ਕੋਈ ਹੈ ਨਹੀਂ, ਮੈਂ ਤਾਂ ਕਰਕੇ ਫੜਾਇਆ ਹੈ। ਤੁਹਾਡੇ ਅੱਗੇ ਪਿੱਛੇ ਕਿਉਂ ਨਹੀਂ ਹੈਗਾ ਕੋਈ? ਸੁੱਖ ਨਾਲ ਤੇਰੀ ਬੀਬੀ ਆ, ਤੇਰਾ ਪਾਪਾ। ਬੀਬੀ ਪਾਪਾ ਥੋੜ੍ਹੀ ਰਹਿਣਗੇ ਸਾਰੀ ਉਮਰ, ਹੁਣ ਕੋਈ ਜੀਵਨ ਸਾਥੀ ਵੀ ਚਾਹੀਦਾ, ਕੋਈ ਸੋਹਣੀ ਜੀ ਗਰਲਫ੍ਰੈਂਡ ਹੋਣੀ ਚਾਹੀਦੀ ਹੈ ਨਾ ਜੀ। ਕੀ ਖਾਓਗੇ ਜੀ? ਕੀ ਖਾਣਾ ਤੂੰ? ਗੋਲ ਗੱਪੇ ਖਾਓਗੇ? ਨਹੀਂ। ਕੁਲਚੇ? ਪਨੀਰ ਵਾਲੇ ਖਾਓਗੇ? ਪਨੀਰ ਵਾਲੇ ਸਹੀ। ਤੁਸੀਂ ਕੀ ਖਾਓਗੇ ਜੀ? ਖਾ ਲਓ ਜੀ, ਤੁਸੀਂ ਦੂਜੇ ਰੱਖੇ ਨੇ। ਚਲੋ ਕਿਹਨੂੰ ਲਿਆਉਣਾ ਜੀ ਤੁਹਾਨੂੰ? ਚਲੋ ਫਿਰ ਤੁਸੀਂ ਬੈਠੋ ਜੀ, ਮੈਂ ਹੁਣੀ ਆਇਆ। ਹਾਂਜੀ ਹਾਂਜੀ ਠੀਕ ਹੈ। ਅਤੇ ਇੱਕ ਮੇਰੀ ਗੱਲ ਸੁਣਿਓ, ਹਾਂਜੀ, ਹਰੀ ਚਟਨੀ ਨਾ ਖਾਸੀ ਸਾਰੀ ਪਵਾ ਲਿਆਇਓ। ਹਰੀ ਚਟਨੀ ਲਿਆਓ? ਹਾਂ। ਹਾਏ ਹਾਏ ਇਹਦਾ ਵੀ ਸਰਿਆ ਪਿਆ, ਸਾਰਾ ਦਿਨ ਕਾਪੀਆਂ ਕਾਲੀਆਂ ਕਰੀ ਜਾਂਦੀ ਆ। ਨੀਂਬੂ ਲਿਆ ਮੈਂ ਜੀ? ਹਾਂਜੀ ਹਾਂਜੀ ਲੈ ਆਇਓ। ਠੀਕ ਹੈ। ਤੈਨੂੰ ਦੂਜੇ ਲੋਟ ਨੰਬਰ ਸਿੱਟ ਕੇ ਗਿਆ ਗਾ। ਦੂਜੇ ਲੋਟ ਕਿਵੇਂ? ਤੇਰੇ ਨਾਲ ਗਲਤ ਹੋਣ ਨੂੰ ਫਿਰਦਾ ਗਾ, ਬਦਤਮੀਜ਼ ਜਨ ਹੋਵੇ ਤਾਂ।
ਹਾਏ ਸ਼ੁਕਰ ਆ ਹਰਮਨ ਤੁਸੀਂ ਆ ਗਏ। ਵੈਸੇ ਬੈਠੀਆਂ ਸੀ ਮੇਰੇ ਕੋਲੋਂ ਤਾਂ। ਅੱਛਾ ਹੋਰ ਠੀਕ ਹੈ? ਮੈਂ ਤਾਂ ਠੀਕ ਹਾਂ, ਤੁਸੀਂ ਦੱਸੋ। ਲੈਕਚਰ ਲਾਉਣ ਗਈ ਹੈ? ਨਾ ਲੈਕਚਰ ਲਾਉਣ ਨਹੀਂ। ਬੰਕ ਮਾਰਦੀ ਮਾਰਦੀ ਨੇ ਤੂੰ ਇਹਨਾਂ ਪਿੱਛੇ ਕਿ ਲੱਗਦੀ ਹੈ? ਲੈ ਮੈਨੂੰ ਤਾਂ ਟੈਨਸ਼ਨ ਹੋਈ ਪਈ ਸੀ, ਪਤਾ ਇੰਨੇ ਦਿਨ ਹੋ ਗਏ ਨਾ ਮੈਂ ਤੁਹਾਨੂੰ ਮਿਲੀ ਹਾਂ ਨਾ ਫੋਨ 'ਤੇ ਗੱਲ ਹੋਈ ਆ। ਓਏ ਫਿਰ ਉਹ ਪੰਗੇ ਕਰਕੇ ਹੋ ਜਾਂਦਾ ਸਾਰਾ ਕੁਛ, ਤੇਰੇ ਸਾਹਮਣੇ ਬਹਿ ਗਿਆ ਉੱਤੇ ਦਾ ਆਖੜੀ ਤੂੰ ਆ ਜੀ। ਮੈਨੂੰ ਤਾਂ ਆਹੀ ਟੈਨਸ਼ਨ ਵੱਡ ਵੱਡ ਖਾਂਦੀ ਸੀ ਵੀ ਕਿਤੇ ਉਹ ਸਾਰਾ ਕੁਛ ਘਰੇ ਨਾ ਦੱਸ ਦੇ, ਕਿਤੇ ਤੁਹਾਨੂੰ ਘਰੋਂ ਗਾਲਾਂ ਨਾ ਪੈ ਜਾਣ। ਤੂੰ ਕਹੇਂਗੀ ਰਹਿ ਗਈ ਕਹੀ ਜੀ ਗੱਲ ਕਰਦਾ, ਹੈ ਤਾਂ ਮੇਰੀ ਭੂਆ ਦੀ ਕੁੜੀ ਪਰ ਸਾਡੀ ਬਣਦੀ ਬੁਣਦੀ ਹੈਗੀ ਯਾਰ ਮੇਰੀ ਉਹ ਭੂਆ ਨਾਲ। ਅੱਛਾ ਸਾਡੇ ਸਾਰੇ ਟੱਬਰ ਦੀ ਨਹੀਂ ਕਿਸੇ ਦੀ ਬਣਦੀ ਹੈਗੀ ਉਹ। ਮੈਂ ਤਾਂ ਫਿਰ ਉਹਨੂੰ ਸਿੱਧਾ ਕਹਿੰਦਾ ਵੀ ਮਾਂ ਜੇ ਕਰੇ ਮੇਰੇ ਗੱਲ ਪਤਾ ਲੱਗ ਗਈ ਮਾਂ ਮੈਂ ਤੇਰੀਆਂ ਦੱਸ ਸਹੁੰ ਖਾਓ। ਮੈਂ ਤਾਂ ਤਾੜਤੀ ਨਾਲੇ ਗੱਲ ਸੁਣ ਲਓ, ਉਹਦੇ ਲਵੇ ਬੈਠਣ ਬੁੱਠਣ ਦੀ ਲੋੜ ਨਹੀਂ ਹੈਗੀ, ਕੰਮ ਦੀ ਕੁੜੀ ਹੈਗੀ ਉਹ। ਚੱਲ ਲਵੇ ਤਾਂ ਮੈਂ ਨਹੀਂ ਬੈਠਦੀ ਨਾ, ਉਹਦੀ ਵੀ ਗੱਲਬਾਤ ਹੈਗੀ ਹੈ ਕਿਤੇ। ਕਿਸੇ ਨਾਲ ਹੁਣ ਸਹੀ ਹੈ ਰਸ ਉਹ ਇਹਦੀ ਸਹੇਲੀ ਆ ਫਿਰ ਦੀਦੀ ਜਿਹੜੀ ਤੇਰੇ ਨਾਲ। ਅੱਛਾ ਇਹਦੇ ਨਾਲ ਆ ਕੇ ਬਹਿ ਜਾਂਦੀ ਕਈ ਵਾਰੀ ਇੱਥੇ ਬਿਠਾਉਣੀ ਨੇਗੀ ਤਾਂ ਆਪਦਾ ਉੱਠ ਕੇ ਭਰਾ ਮੰਗ ਜਾ। ਠੀਕ ਹੈ ਜੀ, ਮੈਂ ਨਹੀਂ ਬੈਠਦੀ ਉਹਦੇ ਨਾਲ, ਮੈਨੂੰ ਤਾਂ ਨਾ ਨੀਂਦ ਵੀ ਨਹੀਂ ਆਉਂਦੀ ਹੈਗੀ ਰਾਤ ਨੂੰ ਪਤਾ। ਮੈਂ ਤਾਂ ਦੋ ਵਾਰ ਮਸਤੋਣਾ ਸਾਹਿਬ ਮੱਥਾ ਟੇਕ ਗਈ ਹਾਂ ਅਤੇ ਪੰਜ ਚੌਂਕੀਆਂ ਸੁੱਖ ਲਈਆਂ, ਮੈਂ ਤਾਂ ਪੰਚਮੀ ਦੀਆਂ ਵੀ ਮੈਂ ਤਾਂ ਇਸ਼ਨਾਨ ਕਰਕੇ ਜਾਊਂਗੀ ਵੀ ਹੇ ਬਾਬਾ ਜੀ ਮੇਰੇ ਹਰਮਨ ਦੇ ਘਰੋਂ ਨਾ ਗਾਲਾਂ ਨਾ ਪੈਣ। ਉਹ ਤਾਂ ਵਾਲੀ ਭੋਲੀ ਹੈ, ਦੱਸ ਸੁੱਖਣ ਨੂੰ ਕਿੱਧਰ ਹੈ ਹੁਣ ਤੂੰ, ਤਾਂ ਸੁੱਖਾਂ ਲਾਉਂਦੀ ਫਿਰੀ ਜਾਈ। ਫਿਰ ਕੀ ਹੋ ਗਿਆ, ਇੰਨਾ ਕੁ ਤਾਂ ਕਰ ਹੀ ਸਕਦੀ ਹਾਂ ਤੁਹਾਡੇ ਵਾਸਤੇ। ਇੰਨਾ ਨਾ ਕਰਿਆ ਕਰ, ਤੂੰ ਵਾਲੀ ਭੋਲੀ ਆ ਤੂੰ ਤਾਂ ਸੰਦੀਪ ਯਾਰ। ਫਿਰ ਕੀ ਹੋ ਗਿਆ? ਚੰਗਾ ਹੋਰ ਸੁਣਾ, ਖਾਣਾ ਪੀਣਾ ਕਾਫੀ ਪੀਣ ਚੱਲੀਏ? ਬਸ ਕਰ ਰਹਿਣ ਦੇ, ਤੇਰੀਆਂ ਕਾਫੀਆਂ ਤੋਂ ਮੈਂ ਐਂ ਚੰਗੀ ਡਰ ਵੀ ਗਈ ਇੰਨੀ ਛੇਤੀ। ਹੋਰ ਦੱਸ ਹੋਰ ਕੁਝ ਖਾਣਾ ਹੈਗਾ? ਨਾਲੇ ਸਾਡੇ ਤਾਂ ਨਾ ਵਿਆਹ ਆ ਗਿਆ, ਮੈਂ ਤਾਂ ਵਿਆਹ ਜਾਣਾ। ਕਿਹਦਾ ਵਿਆਹ? ਮੇਰੀ ਭਾਬੀ ਦੇ ਭਾਈ ਦਾ। ਫਿਰ ਤੂੰ ਉੱਥੇ ਜਾ ਕੀ ਕਰਨਾ? ਲੈ ਕਿਉਂ, ਮਸਾਂ ਮਸਾਂ ਤਾਂ ਸਾਡੇ ਕੋਈ ਵਿਆਹ ਆਇਆ, ਮੈਂ ਜਾਊਂਗੀ ਨਾਲੇ, ਅਸੀਂ ਤਾਂ ਜਾਗੋ ਵੀ ਕੱਢਾਂਗੇ। ਕਿਹੜੀ ਕੱਢੇਂਗੀ ਤੂੰ ਜਾਗੋ ਜਲੂਸ? ਕੱਢ ਕੇ ਆਏਂਗੀ ਉੱਥੇ, ਕਿਤੇ ਨਹੀਂ ਜਾਣਾ ਜੁਣਾ ਹੈਗਾ। ਲੈ ਕਿਉਂ? ਮੈਂ ਤੈਨੂੰ ਕਹਿ ਤਾ ਜਦੋਂ ਜਾਣਾ ਨਹੀਂ। ਲੈ ਫਿਰ ਕੀ ਹੋ ਗਿਆ? ਨਾਲੇ ਤਾਂ ਚਮਕੀਲੇ ਦਾ ਉਹ ਗਾਣਾ ਨਹੀਂ ਸੁਣਿਆ? ਕਿਹੜਾ? ਕੰਡਾ ਕੱਢਿਆ ਨਹੀਂ ਆਖੇ ਭੈਣ ਦੀ ਨਨਾਣ ਦਾ, ਕਾਹਦਾ ਬੈਲੀ ਕੋੜੀ ਆ ਜਹਾਣ ਦਾ, ਨਾਲੇ ਨਣਦਾਈਆਂ ਨੂੰ ਤਾਂ ਉਈ ਚਾਹ ਚਾਹ ਲੈਂਦੇ ਨੇ ਵਿਆਹਾਂ 'ਚ, ਜਾਣਾ ਨਹੀਂ। ਫਿਰ ਕੀ ਹੋ ਗਿਆ? ਵੀਰਾ ਵੀ ਜਾਊਗਾ, ਭਾਬੀ ਵੀ ਜਾਊ। ਪਰ ਵੀਰਾ ਤੇਰੇ ਉੱਤੇ ਖੜੂਗਾ ਯਾਰ। ਲੈ ਦੱਸ, ਵਗ ਜਾਣ ਦੇ ਮੈਨੂੰ ਵਿਆਹ ਦੇ ਵਿੱਚ, ਮੈਂ ਤਾਂ ਘੱਗਰਾ ਪਾਉਣਾ। ਕਿਹੜਾ ਪਾਏਂਗੀ ਤੂੰ ਘੱਗਰਾ? ਸਿਰ 'ਚ ਖੇਪ ਹੋਏਗੀ ਵੱਡੀ ਬਲਾਸਟਰ ਜੋੜੀ। ਜਾਣਾ ਨਹੀਂ ਹੈਗਾ ਤੈਨੂੰ ਗੱਲ ਕਹਿ ਦੀ ਸਿੱਧੀ। ਠੀਕ ਹੈ, ਨਹੀਂ ਜਾਂਦੀ। ਚੁੱਪ ਕਰਕੇ ਘਰੇ ਬਹਿ ਜਾ। ਹੈਲੋ, ਹਾਂ ਵੀਰ, ਬਸ ਪਹੁੰਚਣ ਵਾਲਾ, ਬਸ ਪਹੁੰਚਣ ਵਾਲਾ ਵੀਰੇ, ਰਾਹ 'ਚ ਹੀ ਆ। ਹਾਂਜੀ ਬਾਈ, ਹਾਂਜੀ ਹਾਂਜੀ, ਮੈਂ 5 ਮਿੰਟ 'ਚ ਆ ਗਿਆ ਯਾਰ, ਮੈਂ ਜਾਣਾ ਪੂਜਾਂਗਾ। ਲੈ ਮੇਰੀ ਗੱਲ ਸੁਣ, ਮੈਨੂੰ ਫੋਨ ਕਰ ਲਈ ਸ਼ਾਮ ਨੂੰ। ਚੰਗਾ ਠੀਕ ਆ, ਚੱਲ ਓਕੇ ਓਕੇ, ਫਿਰ ਮਿਲਦੇ। ਚੰਗਾ ਠੀਕ ਆ। ਹੈਲੋ ਜੀ, ਕੁਲਚੇ ਕੋਈ ਨਾਲ ਦੀ ਕਿੱਥੇ ਗਈਆਂ? ਪਤਾ ਨਹੀਂ ਕਿੱਥੇ ਲੰਘ ਗਈਆਂ। ਹੈਲੋ, ਕੁਲਚੇ ਖਾ ਲਓ। ਮੈਂ ਤਾਂ ਨਹੀਂ ਖਾਣਾ ਹੈਗਾ, ਮੇਰੇ ਤਾਂ ਜੀਜਾ ਕੱਚਾ ਹੁੰਦਾ। ਚਲੋ ਠੀਕ ਆ, ਮੈਂ ਜਾਂਦੀ ਹਾਂ। ਭੈਣ ਦਾ ਯਾਰ ਇੱਥੇ ਵੀ ਜੀ ਕੱਚਾ ਹੋਣ ਲੱਗ ਗਿਆ, ਸਾਲਾ ਕੁੜੀ ਨੂੰ ਖਵਾਉਂਦਾ ਕੀ ਹੈ ਇਹ? ਪਤਾ ਨਹੀਂ ਆਪ ਕੁਛ ਖਾਂਦਾ, ਸਾਰੇ ਸੰਗਰੂਰ ਦੀਆਂ ਕੁੜੀਆਂ ਪਿੱਛੇ ਲਈ ਫਿਰਦਾ ਇਹ। ਹੋਰ ਦੱਸ, ਖਾਣਾ ਪੀਣਾ ਕੀ ਆ ਤਾਂ? ਖਾਣਾ ਪੀਣਾ ਤਾਂ ਸਮੋਸੇ ਜਿਹਾ ਮੰਗਾ ਲਓ। ਸਮੋਸੇ ਆਇਆ ਮੈਥੋਂ ਨਹੀਂ ਚੱਬੇ ਜਾਂਦੇ, ਦੰਦ ਘੱਟ ਕੰਮ ਕਰਦੇ ਨੇ ਮੇਰਾ, ਇੱਧਰਲੇ ਪਾਸੋਂ ਜਾੜ ਭਰਾਉਣ ਵਾਲੀ ਆ, ਪਤੌੜ ਨਾ ਖਾ ਲਈਏ। ਚੱਲ ਪਤੌੜ ਮੰਗਾ ਲਓ। ਬੱਚੀ, ਓ ਬੱਚੀ, ਪਤੌੜ ਲੈ ਦੇ ਮੈਨੂੰ। ਹਾਂ ਪਤੌੜ, ਕਿੰਨੇ ਕੁ ਖਾਣੇ? ਪਾਈਆ ਕੱਢ ਦੇ। ਹਾਂ ਪੋਲੇ ਜੇ ਜ਼ਿਆਦਾ ਰੱਖੀ, ਚੰਗਾ ਕਾਰਡੇ ਜੇ ਨਾ ਕਰਦੇ ਫਿਰ ਚੱਬੇ ਨਹੀਂ ਜਾਂਦੇ। ਮੈਂ ਕਹਿੰਦੀ ਸੀ
ਮੈਂ ਕਿਹਾ ਮੈਂ ਜਵਾਨ ਦੀ ਕੌੜੀ ਹਾਂ, ਦਿਲ ਤਾਂ ਮੇਰਾ ਬਾਲਾ ਹੀ ਸਾਫ ਹੈ, ਮਿੱਠਾ ਮਿੱਠਾ ਪਤਾ ਤੇਰੇ ਦਿਲ ਦਾ ਤਾਂ ਹੁਣ ਮੈਨੇ ਕਹੇਗੀ ਤਾਂ ਕੀ ਕਹਿੰਦਾ ਰਾਮ ਸਰੂਪ ਜਦੋਂ ਸਾਡੇ ਵਾਲੀ ਗੁੱਡੀ ਜੀ ਦਾ ਲਿਆ ਲਿਆ ਜਦੋਂ ਸਾਡੇ ਵਾਲੀ ਗੁੱਡੀ ਜੀ ਦਾ ਵਿਆਹ ਹੋਇਆ ਖਾਣਾ ਕੋਈ ਨਾ ਪਹਿਲਾਂ ਤੂੰ ਖਾ ਲੈ ਜਦੋਂ ਸਾਡੇ ਵਾਲੀ ਗੁੱਡੀ ਜੀ ਦਾ ਵਿਆਹ ਹੋਇਆ ਤੀ ਪਿਣਕ ਜੀ ਦਾ ਮੈਂ ਤੇਰੀ ਆਖਰ ਚ ਉਦੋਂ ਦੀ ਰੱਖਦਾ ਜਦੋਂ ਤੂੰ ਥਾਪਾ ਜਿਹਾ ਲਾਇਆ ਗਾ ਇੱਥੇ ਢੂਹੀ 'ਚ ਨਾਲੇ ਤਾਂ ਢੂਹੀਆਂ ਲਿਆਤੀ ਦੇ ਉੱਤੇ ਨਾਲੇ ਕੱਢਦੇ ਦਾ ਮੇਰਾ ਦਿਮਾਗ ਜਾਣੀ ਉਦਣ ਦਾ ਟਿਕਾਣੇ 'ਤੇ ਹਿੱਲਿਆ ਜਾ ਪਿਆ ਹੈਗਾ ਉਹ ਤਾਂ ਮੈਂ ਪਿਆਰ ਨਾਲ ਮਾਰਿਆ ਸੀ ਜੀ ਚੱਲ ਕੋਈ ਨਾ ਕੋਈ ਨਾ ਹੁਣ ਤਹਿਸੀਲਦਾਰ ਨਾ ਉੱਠ ਜੇ ਜੇ ਤਹਿਸੀਲਦਾਰ ਉੱਠਿਆ ਤਾਂ ਹੀ ਤਾਂ ਆਪਾਂ ਇੱਥੇ ਬੈਠੇ ਹਾਂ ਬਾਉਲੀਏ ਕਿਵੇਂ ਤੈਨੂੰ ਪੈਨਸਲ ਤੱਕ ਮਤਲਬ ਹੈ ਹਾਂ ਹਾਂ ਪੈਨਸਲ ਲੱਗ ਜਾਊਗੀ ਖੜ ਜਾ ਗੋਡਾ ਨਹੀਂ ਮੁੜਦਾ ਇੱਕ ਤਾਂ ਥੱਲੇ ਆ ਥੱਲੇ ਦੇਖ ਬਸ ਮੁੱਠੀ ਬੰਦ ਕਰ ਲੈ ਤੂੰ ਰਾਮ ਸਰੂਪ ਦੀ ਬਣ ਕੇ ਧਰਦੇ ਧਰਦੇ ਮਿੱਠਾ ਘੱਟ ਰੱਖਣ ਦੀ ਸ਼ੂਗਰ ਆ ਮੈਨੂੰ ਇਹ ਤੇਰੀ ਪੈਨਸਲ ਹੈ ਤੂੰ ਰਾਮ ਸਰੂਪ ਦੀ ਬਣ ਕੇ ਰਹੀ ਚੜੇ ਮਹੀਨੇ ਤੈਨੂੰ 1500 ਦੇ ਦਿਆ ਕਰੂੰ ਥੱਲੋਂ ਦੀ ਫੜ ਕੇ ਬਸ ਗੱਲ ਤਾਂ 2500 ਦੀ ਹੋਈ ਸੀ 2500 ਦੇ ਦਿਆ ਕਰੂੰ ਗੱਲ ਕੀ ਕਰਤੀ ਸਵਾਦ ਨਹੀਂ ਪਤਾਉੜਾ ਘੱਟ ਹੀ ਘੱਟ ਥੋੜੇ ਮੈਂ ਕਹਿੰਦੀ ਸੀ ਮੈਂ ਕਿਹਾ ਦੇਖੋ ਪੈਸੇ ਤਾਂ ਅਸੀਂ ਤੁਹਾਡੇ ਹੱਥੀ ਬੰਨੀ ਦੇਣੇ ਆ 1500,000 ਰੁਪਈਆ ਦੇਣ ਨੂੰ ਤਾਂ ਸਾਡੀ ਵੀ ਰੂਹ ਬਹੁਤ ਕਰਦੀ ਹੈ ਵੀ ਅਸੀਂ ਪੈਸੇ ਦੇ ਦਈਏ ਪਰ ਤੁਹਾਨੂੰ ਪਤਾ ਹੀ ਆ ਹੱਥ ਜਿਹਾ ਕਿੰਨਾ ਟੈਟ ਹੈ ਤੂੰ ਤਾਂ ਉਹੀ ਗੱਲਾਂ 'ਤੇ ਆ ਗਈ ਬੱਠਣ ਵਾਲੀ ਜਾਂਦੇ ਹੈ ਨਾਲੇ ਨੇਕੀ ਨਾਲੇ ਪੂੰਝ ਪੂੰਝ ਤੇ ਇੱਥੋਂ ਮੰਗੇ ਨੇ ਮੰਗੇ ਤਾਂ ਮੈਂ ਨਹੀਂ ਤੂੰ ਵੀ ਜਵਾਕਾਂ ਜੱਲਾਂ ਵਿੱਚ ਫਸਿਆ ਆ ਕੁਲਵੀਰ ਦਾ ਤੁਹਾਨੂੰ ਪਤਾ ਹੀ ਕੋਈ ਗੱਲ ਨੀ ਮੁੜ ਜਾਣਗੇ ਪੈਸਿਆਂ ਦੇ ਕੀ ਆ ਪੈਸੇ ਦਾ ਹੱਥਾਂ ਨੀ ਮਾਰਨੇ ਮੇਰੀ ਗੱਲ ਸੁਣਾ ਲੇਟ ਹੋ ਗਈ ਹੁਣ ਬੱਸ ਬੁੱਸ ਤਾਂ ਕਿਹੜੀ ਆਊ ਆਪਣੀ ਘੜੀ ਰਹਿ ਜੀ ਉਧਰ ਜੱਗੀ ਕੇ ਬਾਈ ਜੀ ਜੱਗੀ ਕੇ ਕੋਈ ਨੀ ਤੁਸੀਂ ਭਾਵੇਂ ਆਪਣੇ ਘਰ ਲੈ ਚੱਲੋ ਨਾ ਆਪਣੇ ਤਾਂ ਕਾਣੂ ਮੇਰੀ ਫਿਰ ਕੁਲਵੀਰ ਦੀ ਮਾਂ ਲੜੂ ਮੇਰੇ ਨਾਲ ਉਹ ਦਾੜੀ ਨਾ ਪੱਟ ਦੇ ਕਿਤੇ ਮੇਰੀ ਹੈ ਹੋਰ ਜੱਗੀ ਕੀ ਰਹਿ ਜੀ ਤੂੰ ਨਾਲੇ ਪਿੰਡ ਤੱਕ ਤੈਨੂੰ ਲੈ ਜਾਊਂਗਾ ਆਲਟੋ 'ਚ ਚੱਲ ਉਹ ਤਾਂ ਲੈ ਜਾਇਓ ਦੇਖੀ ਮੈਂ ਤਾਂ ਇਹ ਕਹਿੰਦੀ ਸੀ ਵੀ ਮੈਨੂੰ ਤਾਂ ਜੀਵਨ ਸਾਥੀ ਤੁਹਾਡੇ ਵਰਗਾ ਚਾਹੀਦਾ ਸੀ ਆ ਸੱਚੀ ਭੂਰੇ ਤੋਂ ਤਾਂ ਨਾ ਮੈਂ ਸਾਂਭੇ ਹੀ ਨਹੀਂ ਹੋਈ ਮੇਰੀ ਗੱਲ ਸੁਣਾ ਰਾਮ ਸਰੂਪ ਦੀ ਬਣ ਕੇ ਰਹੀ ਮੈਂ ਤੇਰੇ ਤੋਂ ਨਹੀਂ ਭੱਜਦਾ ਤੂੰ ਮੇਰੇ ਤੋਂ ਨਾ ਭੱਜੀ ਪੂਰੇ ਨੇ ਤਾਂ ਤੇਰੀ ਕਦਰ ਨਹੀਂ ਪਾਈ ਹੈ ਮੈਂ ਤੇਰੀ ਕਦਰ ਪਾ ਦੂੰਗਾ ਦੇਖ ਰਾਮ ਸਰੂਪ ਮੈਂ ਤੈਨੂੰ ਗੱਲ ਦੱਸਾਂ ਇੱਕ ਪੂਰੇ ਤੋਂ ਮੈਂ ਸਾਂਭੀ ਨਹੀਂ ਗਈ ਐਡਾ ਸੰਤ ਕਿੱਥੋਂ ਸਾਂਭਦਾ ਪੂਰੇ ਤੋਂ ਦਾਰੂ ਦਾ ਤਾਂ ਖਾਧਾ ਪਿਆ ਉਹ ਹੈ ਕੋਈ ਨਾ ਤੂੰ ਟੈਨਸ਼ਨ ਨਾ ਲੈ ਜੇ ਕਿਸੇ ਵੀ ਕੰਮ ਦੀ ਲੋੜ ਹੋਈ ਰਾਤ ਬਰਾਤੇ ਇੱਕ ਫੋਨ ਕਰਦੀ ਕੰਧ ਟੱਪ ਕੇ ਆ ਜਾਊਂਗਾ ਹੈ ਸੱਚੀ ਹਾਂ ਚੱਲ ਤੂੰ ਖਾ ਜਿਹੜੇ ਰਹਿ ਗਏ ਦੋ ਕੁ ਪਤਾਉਣ ਤੇ ਮੈਂ ਦੇ ਆ ਮੈਂ ਪੈਸੇ ਪੂਸੇ ਜੇ ਹੈ ਅੱਛਾ ਹਾਂ ਹੋਰ ਕੁਛ ਤਾਂ ਨਹੀਂ ਖਾਣਾ ਕੁੱਪਾ ਤਾਂ ਨਹੀਂ ਖਾਣਾ ਆਈਸਕ੍ਰੀਮ ਕੁਛ ਨਹੀਂ ਖਾਣਾ ਜੀ ਠੀਕ ਆ
15 ਲੱਖ ਲੈਣ ਨੂੰ ਫਿਰਦਾ ਸੀ ਤੇ 10 ਲੱਖ ਹੋਰ ਦੇ ਕੇ ਛੁੱਟੂਗਾ। ਆਇਆ ਸੀ ਪੈਸੇ ਕਢਵਾਉਣ ਵਾਲਾ। ਬਕਲੀਆਂ ਕੁਲੀਆਂ ਹੋ ਗਈਆਂ, ਸਤ ਸੰਗ ਦੀ ਭੈਣੇ ਤਿਆਰੀਆ। ਉਹ ਬਗੜਾ, ਹਾਂ ਬਈ, ਉਹ ਤੇਰੇ ਸਾਹਮਣੇ ਨਾਲ ਕੱਟ ਕਿੰਨਾ ਕੁਝ ਬਈ? ਕੱਠ ਬਥੇਰਾ ਹੋ ਜੂ, ਬਲਾਕ ਦੀ ਸਤ ਸੰਗ ਆ ਸੁੱਖ ਨਾਲ, 5000 ਬੰਦਾ ਤਾਂ ਆਉਣਾ ਚਾਹੀਦਾ। ਅੱਛਾ, ਹੋਰ ਹੁਣ ਤਾਂ ਕੰਮਾਂ ਕਾਰਾਂ ਤੋਂ ਵੀ ਵਿਹਲੇ ਨੇ ਲੋਕ, ਕਣਕਾਂ ਬੀਜੀਆਂ ਗਈਆਂ, ਪਾਣੀ ਲੱਗ ਗਏ। ਉਹ ਦੇਖ ਲਾ ਹਨਾ, ਸਾਸਾਂ ਸੁਣਨ ਤਾਂ ਦੁਨੀਆ ਆ ਜੂਗੀ, ਆਹ ਸੇਵਾ ਨੂੰ ਕੋਈ ਨਹੀਂ ਆਇਆ ਹੈਗਾ ਉਰੇ, ਇੱਕ ਤੂੰ ਆ ਇੱਕ ਮੈਂ ਆ, ਉਹ ਦੋ ਬੀਬੀਆਂ ਵਾਲੇ ਵਿਚਾਰੀਆਂ ਰੋਟੀ ਲਾਉਣ ਲੱਗ ਰਹੀਆਂ ਨੇ। ਉਹ ਕੁਛ ਤਾਂ ਐਂ ਹੋ ਗਿਆ, ਸਤ ਸੰਗ ਦਾ ਵੀ ਕੱਲਾ ਹੱਥ ਨਹੀਂ ਪਤਾ ਲੱਗਿਆ। ਅੱਛਾ, ਨਹੀਂ ਤਾਂ ਆ ਵੀ ਜਾਂਦੇ, ਲੈ ਵੀ ਮਰਾਂਗੇ ਆਪਾਂ ਹੀ ਕੁਛ ਲੈ ਮਰਾਂਗੇ। ਹਾਂ ਉਹ ਯਾਰ, ਨਾਲੇ ਬਕੜਾ ਦੇਖੀ ਤਾਂ ਮੁਸ਼ਕ ਜਾਊ ਯਾਰ, ਰੂੜੀ ਜੀ ਵੀ ਚੁਕਾਉਣ ਵਾਲੀ ਦੀ। ਉਹ ਯਾਰ ਰੂੜੀ ਜੇ ਤਾਂ ਕੱਲ ਦੱਸ ਦੇ ਤੜਕੇ, ਤਾਂ ਮੈਂ ਭੈਣਾਂ ਨੂੰ ਕਹਿ ਕੇ ਚੁਕਾ ਆਉਂਦਾ, ਅੱਧੇ ਘੰਟੇ ਚ ਗਾਇਬ ਕਰ ਦਿੰਦੀਆਂ। ਅੱਛਾ, ਆਪ ਨਹੀਂ ਚੱਲਦੀ, ਤੈਨੂੰ ਪਤਾ ਬਲਾਕ ਪ੍ਰਧਾਨ ਆ ਮੈਂ। ਉਹ ਐਂ ਦੀ ਵੀ ਸੰਗਤ ਲੰਘੂਗੀ ਯਾਰ, ਮੁਸ਼ਕ ਜੀ ਆਊਗੀ। ਇੱਧਰ ਆ ਜਾ ਤੂੰ, ਇੱਧਰ ਇੱਥੇ ਪਾ। ਕਲੀ ਕੁਲੀ ਜੀ ਬੜੀ ਫਾਰਕੀ ਹੈ। ਉਹ ਕਿਹੜਾ ਹੋਏ ਦੋਸਤ ਪਾਪੀ, ਸਾਰੀ ਗਲੀ ਖਰਾਬ ਕਰਦੀ, ਅੱਖਾਂ ਫੁੱਟੀਆਂ ਨੇ ਓਏ। ਦੱਸਾਂ? ਅੱਛਾ ਤੂੰ ਇਹਦਾ ਚਾ, ਕਿਉਂ ਅੱਖਾਂ ਤੇ ਜਲ ਆ ਗਿਆ ਤੇਰੇ? ਕੀ ਮੋਤੀਆਂ ਨਿਕਲੇ ਤੇਰੇ? ਉਹ ਮਹਾ ਕਲੀ ਪਾਈ ਹੈ, ਵਧੀਆ ਖਰਾਬ ਕਰਤੀ ਸਾਰੀ। ਇਹ ਕਲੀ ਪਾਉਣ ਤੇਰੀ ਭੂਆ ਦਾ ਵਿਆਹ ਰੱਖਿਆ ਰੇ? ਸਤ ਸੰਗ ਆ ਬਲਾਕ ਦੀ ਬਹੁਤ ਵੱਡੀ, ਜਿੱਦਾਂ ਨਗਰ ਕੀਰਤਨ ਨਿਕਲਿਆ ਤੁਸੀਂ ਅੰਦਰ ਵੜ ਗਏ ਦੇ ਚੱਡਿਆਂ 'ਚ ਪੁੱਛਾਂ ਦੇ ਕੇ ਵੀ 20 ਰੁਪਏ ਦੇ ਖੱਲੇ ਨਾਲ ਮੱਥਾ ਟੇਕਣਾ ਪੈਦਾ ਬਾਬੇ ਨੂੰ ਕਿਤੇ। 24 ਘੰਟੇ ਮੰਦਾ ਬੋਲੂ, 24 ਘੰਟੇ ਮੰਦਾ ਬੋਲੂ, ਨਾਲੇ ਹੋਰ ਲੰਘ ਜਾ ਇੱਥੋਂ ਵੀ, ਜਿੰਦਾ ਲਾਇਆ ਪਿਆ ਘਰੇ। ਹੈ ਨਹੀਂ ਗੀ ਚਾਚੀ, ਨਾਲੇ ਹੈ ਨਹੀਂ ਗੀ ਚਾਚੀ, ਕਿਉਂ ਕਿੱਧਰ ਗਈ ਆ? ਗਈ ਹੋਈ ਆ ਪਿਲਸਨ ਲਵਾਉਣ। ਉਹ ਤਾਂ ਪਿਲਸਨ ਨਾਲ ਕਿਹਦੇ ਨਾਲ ਭਾਗੀ? ਉਹ ਤੁਹਾਡਾ ਰਿਸ਼ਤੇਦਾਰ ਜਾਇਆ ਜੀ, ਬੁੜਾ ਜਾ ਉਹਦੇ ਨਾਲ ਗਈ ਹੋਈ ਆ। ਬਹੂ ਮਣੀ ਦਿੰਦੀ, ਬਹੂ ਕਿੱਧਰ ਗਈ ਹੈ? ਉਹ ਵੀ ਗਈ ਹੋਈ ਆ ਉੱਥੇ, ਮਟਰ ਮੁਟਰ ਕਢਾਉਂਦੀ ਆ ਭੈਣਾਂ ਨਾਲ, ਸੇਵਾ ਕਰਾਉਂਦੀ ਹੈਗੀ। ਕਿੱਥੇ ਓਏ? ਸਤਸੰਗ ਤੇ। ਉਹ ਵੀ ਤੁਹਾਡੀ, ਉਹ ਭੈਣ ਦੀ ਡਾਂਗ ਤੁਹਾਡੀ ਦੀ, ਜਦੋਂ ਮੇਰੇ ਘਰੇ ਇੱਕ ਜੀ ਚੱਜਦਾ ਤੇ ਉਹ ਵੀ ਗਲਤਾ। ਉਹ ਫਿਰ ਘਰੇ ਵੇਲੀ ਕੀ ਕਰਦੀ, ਉੱਥੇ ਸੇਵਾ ਹੈ? ਸੇਵਾ ਨਾਲੇ ਹੋਰ, ਮੈਂ ਤਾਂ ਕਹਿੰਦਾ ਤੂੰ ਵੀ ਭਾਗ ਚੱਲ। ਰਹਿਣ ਦੇ, ਹੋਰ ਜਿੰਦਾ ਤੋਂ ਡਾਕਟਰ ਨਾਲ ਆ, ਲੈ ਜਾ ਚਾਬੀ ਮੇਰੇ ਕੋਲੇ ਹੈ, ਲੈ ਚਾਬੀ ਤੂੰ ਵੀ ਭਾਗ ਚੱਲ ਜੇ ਮੇਰੀ ਮੰਨਦਾ। ਭੈਣ ਦੇ ਖਸਮ, ਚਾਬੀ ਵੀ ਤੈਨੂੰ ਫੜਾਉਣ ਲੱਗ ਗਏ, ਸੇਵਾ ਲੱਗ ਜੂਗੀ, ਚਾਬੀ ਵੀ ਤੈਨੂੰ ਫੜਾਉਣ ਲੱਗ ਗਏ ਘਰ ਦੇ। ਉਹ ਫਿਰ ਕੋਈ ਮਾੜੀ ਗੱਲ ਹੈ, ਕਹਿੰਦੀ ਤੇਰੇ ਚਾਚੇ ਨੂੰ ਫੜਾ ਦੀ ਚਾਬੀ ਜਦੋਂ ਆ ਗਿਆ। ਕਿੱਥੋਂ ਘਰ ਦਾ ਭਲਾ ਹੋਈ ਸਾਡੇ ਦਾ? ਚੱਲ ਜੇ ਬਣਾ ਦੀ ਤਾਂ ਵੀ ਠੀਕ ਹੈ, ਨਹੀਂ ਬਣਾ ਦੀ ਗਾਹ ਪੀ ਲਾਂਗੇ। ਬੋਲ ਪੜਾ ਕੀ ਹੈ ਫੇ? ਖਸਮ ਰੋਟੀ ਵੀ ਲੈ ਗਈ ਇਹ, ਵੀ ਰੋਟੀ ਤਾਂ ਲਾ ਜਾਓ ਫਿਰ ਮਰ ਜਾਓ, ਕਿੱਧਰ ਜਾਣਾ ਵਗ ਜਾਓ। ਚੰਗਾ ਭੈਣ ਦੇ ਖਸਮਾਂ ਬਾਹਰ ਕਾਹਨੂੰ ਜੀ, ਹੁਣ ਲੈ ਜੂ ਕਲੀ ਵਾਲਾ ਇਕੱਠਾ ਚੱਕ ਕੇ। ਕੋਈ ਕਿੱਧਰ ਮੂੰਹ ਚੱਕਿਆ ਹੋਏ ਹੈ? ਚਾਹ ਪੀਣਾ ਹੈ ਚਾਚਾ ਤੜਕ, ਤੈਨੂੰ ਭੈਣ ਜਰਾ 1200 ਪਿੰਡ ਦੇ ਵਿੱਚੋਂ ਇਕੱਲਾ ਮੇਰੀ ਘਰ ਤੇ ਆਉਣਾ ਉਹਨੂੰ? ਤੂੰ ਹੀ ਕੁੱਬੀ ਹੋਈ ਬਈਆ, ਤੜਕੇ ਦੀ ਕਲੀ ਪਾ ਪਾ ਕੇ ਮੈਨੂੰ ਪਿਆਲਾ ਕਿਤੇ ਨੇਕੜੂ ਮੈਂ।
ਮੈਂ ਤਾਂ ਆਪ ਰੋਟੀ ਗੁਣੇ ਭੁੱਖਾ ਮਰਨ ਲੱਗ ਰਿਹਾ। ਕਿਉਂ ਰੋਟੀ ਖਾ ਲੈ ਚੱਕ ਕੇ, ਜੇ ਤੇਰੀ ਭਣੋ ਲਾ ਕੇ ਗਈ ਫੇਰੇ ਖਾਊਂਗਾ। ਹੈ ਚਾਚੀ ਨੂੰ ਗਾਲਾਂ ਕੱਢੀ ਜਾਇਆ ਕਰ ਸਾਰਾ ਦਿਨ। ਗਾਲਾਂ ਨਹੀਂ ਸੁੱਟ ਤਾਂ ਡਾਂਗਾ ਫੇਰਨ ਵਾਲੀਆਂ ਮੇਰੇ ਸਾਲਿਓ, ਜੇ ਹੋਰ ਲੱਛਣ ਨੇ ਉਧਰੋਂ ਲਿਆ ਨਾ ਆਪਣੇ ਤਨੀ ਰੋਟੀ ਅੱਜ ਲਿਆਈ ਖੜਿਆ ਤੂੰ ਆਲੂ ਵਾਲੇ ਪਰੌਠੇ। ਹੈ ਮਟਰ ਮੰਗ ਖਾਣੀ ਜਾਤ ਆ, ਤੂੰ ਤਾਂ ਆਪ ਮੰਗ ਪਾ ਖਾਂਦਾ ਲੋਕਾਂ ਦਿਓ। ਮੰਗ ਕੇ ਕੋਈ ਨਹੀਂ ਖਾਂਦਾ, ਡੇਰੇ 'ਚ ਆਉਂਦੀ ਆ ਤੂੰ ਰੋ ਰੋਟੀ ਬਾਬਾ ਜੀ ਦੇ ਹੱਥ ਲੱਗ ਕੇ। ਹੁਣ ਛਣਾ ਲਗਾਈ ਹੁੰਦੀ ਹੈ। ਹੈ ਮਤਲਬ ਤੇਰੇ ਦੋਏ ਜਵਾਕ ਜੀ ਵੀ ਹੱਥ ਲੱਗ ਕੇ ਆਏ ਹੋਏ ਨੇ। ਜੀ ਮੋੜਾ ਨਹੀਂ ਬੋਲੀਦਾ ਹੁੰਦਾ ਹੈ, ਬਲਾਕ ਪ੍ਰਧਾਨ ਆ, ਜਣੇ ਖਾਣੇ ਨੂੰ ਨਹੀਂ ਆਉਂਦੀ ਉੱਥੋਂ ਰੋਟੀ। ਤੂੰ ਕਹਣਾ ਓਏ ਤੀਆ ਦੇਖਣਾ ਜਾ, ਮਾਂ ਦਾ ਰਿਸ਼ਤੇਦਾਰ ਇਹਨਾਂ ਦਾ, ਵੱਡੀ ਗੁੱਡੀ ਦਾ ਪਰਾਉਣਾ ਇਹ ਘਾਸੀ ਵਾਲ ਤੋਂ। ਦੀ ਭੈਣ ਦੀ ਤੁਹਾਡੀ ਜਿਹੜਾ ਕੰਜਰ ਦੇ ਰਿਸ਼ਤੇਦਾਰ ਵੀ ਛੱਡੇ ਹੋਏ। ਹੈ ਉਹ ਵੀ ਜੋੜ ਲੈ ਨਾਲ, ਅਸੀਂ ਤਾਂ ਇਹੋ ਜਿਹੀ ਭਾਲਦੇ ਹੁੰਦੇ ਆ ਫਿਰ ਆਪਣੇ ਵਰਗੇ ਹੀ ਭਾਲਦੇ ਅਸੀਂ ਤਾਂ। ਹੁਣ ਕੁੜੀ ਨਾ ਡੇਰੇ ਛੱਡੀ ਕਿਤੇ ਭੈਣ ਦਾ ਬਹੂ ਮੰਗੂ, ਇਹਦੇ ਦੋ ਚੱਕੀ ਆਵੇ ਜਵਾਕ ਉੱਥੋਂ। ਕਾਹਨੂੰ ਮੰਦਾ ਬੋਲਦਾ ਚਾਚਾ, ਮਾੜਾ ਮੋਟਾ ਰੱਬ ਤੋਂ ਵੀ ਡਰ ਜਾਇਆ ਕਰ। ਉਹਦੇ ਕਾਹਨੂੰ, ਜਿਹੜਾ ਮੇਰਾ ਤਾਇਆ ਹੈਗਾ ਵੱਡਾ, ਦੇਖ ਲਾ 70 ਸਾਲ ਦਾ ਹੋ ਰਿਹਾ ਗਰਵਾਚਨ ਦੇ। ਹਾਂ 65 ਸਾਲ ਦੀ ਮੇਰੀ ਤਾਈ ਹੋ ਰਹੀ ਹੈ, ਡੇਰੇ ਹੁਣ ਜਾਣ ਲੱਗੇ ਦੀ ਦੇਖ ਲਾ ਹੁਣ ਮੁੰਡਾ ਹੋ ਗਿਆ। ਪੁੰਨ ਧਰਮ ਦਾ ਕੰਮ ਕਰਨ ਲੱਗ ਰਹੇਗੇ, ਦੇਖ ਲੋ ਜੇ ਪੀਣੀ ਹੈ। ਨਾ ਨਾ ਜਾਣਾ ਅੱਜ ਨੀ, ਘਰ ਦੀ ਕੱਢੀ ਹੋਇਆ ਮੂਸਲੀਆਂ ਮਸਲੀਆਂ ਪਾ ਕੇ। ਨਾ ਨਾ ਕਾਹਨੂੰ, ਦੱਸਦਾ ਨੀ ਕਿਸੇ ਨੂੰ ਪੀਣੀਆਂ, ਦੇਖ ਲਓ ਲਾ ਲਓ ਸਿੱਟ ਸਿੱਟ ਤੂੰ ਅੱਡ ਜੋ ਦੇਖਣੋ। ਕਿਉਂ ਜੀ ਉਹ ਨਾਲੇ ਉਹ ਤਾਂ ਆਪਣੇ ਬਾਬੇ ਦਾ ਅੰਮ੍ਰਿਤ ਹੁੰਦਾ। ਮਦਰਾ ਕਹਿਣਾ ਫਿਰ ਤੂੰ, ਮਦਰਾ ਕਹਿੰਦੇ ਨੇ ਇਸ ਤਾਂ ਉੱਥੇ ਡੇਰੇ 'ਚ ਮਦਰਾ ਕਹਿੰਦੇ ਉਹਨੂੰ, ਤਾਂ ਬਾਬਾ ਜੀ ਵੀ ਲਾ ਲੈਂਦੇ ਨੇ। ਮੈਨੂੰ ਨਹੀਂ ਪਤਾ ਲੰਬਾ ਕੀ ਮਦਰਾ, ਹੈ ਦੋ ਘੁੱਟਾਂ ਲਾ ਕੇ ਦੇਖੇ ਲੱਤਾਂ ਤਾਹਣਾ ਕਰਤੇ ਤਾਂ ਕਹੀਂ ਫਿਰ ਪਾ ਲਿਆ ਮੈਂ ਤਾਂ ਕਹਿੰਦਾ। ਭੈਣ ਦੇ ਖਸਮ ਦੇ ਕਿਵੇਂ ਖਾਖਾਂ 'ਚੋਂ ਪਾਣੀ ਡਿੱਗਣ ਲੱਗ ਪਿਆ। ਮੇਰੇ ਸਾਲ ਦੇ ਦੋ ਮਾਰੂ ਝਾਪਰੀਆਂ ਢੂਹੀ ਤੂੰ, ਮੈਂ ਚੋਦਾ ਬਣਿਆ ਕੁੜੀ ਚੋਦਾ ਬਾਂਦਰ ਮੂੰਹਾਂ ਜਾ। ਫਿਰ ਐਂ ਕਰੂੰ 3 ਕੁ ਘੰਟੇ ਨੂੰ ਵਿਹਲੀ ਹੋਜੂ ਬੱਬੂ ਦੇ ਘਰ ਵਾਲੀ, ਉਹਨੂੰ ਭੇਜ ਦੂੰਗਾ ਫਿਰ ਲਾਹ ਨਹੀਂ ਰੋਟੀ, ਨਹੀਂ ਆ ਜਾ ਉੱਥੇ ਆ ਜਾ ਮੈਂ ਤਾਂ ਕਹਿੰਦਾ। ਤੂੰ ਰਹਿਣ ਦੇ ਤੂੰ ਐਂ ਕਰ ਲੈ, ਬੱਬੂ ਦੀ ਬਹੂ ਨੂੰ ਭੇਜ ਦੇ ਕੇ ਤੇਰੇ ਭਾਪੇ 'ਚ ਰੋਟੀ ਲਾ ਦੇ ਕਦੇ। ਹਜੇ ਨਹੀਂ ਆ ਸਕਦੀ 3 ਘੰਟੇ, ਹੋ 2000 ਸੰਗਤ ਦਾ ਲੰਗਰ ਪੱਕੂਗਾ ਉੱਥੇ। ਸ਼ਾਬਾਸ਼ ਹਜੇ ਕਿਵੇਂ ਆਜੂ ਭੈਣਾਂ ਨਾਲ ਲੱਗ ਰਹੀ ਆ ਉਹਦਾ। ਭੈਣ ਦੇ ਖਸਮ ਘਰ ਦੇ ਜੀ ਨੂੰ ਭੁੱਖਾ ਮਾਰ ਕੇ, ਹੈ 20 ਬੰਦੇ ਨੂੰ ਰੋਟੀ ਖਵਾਉਣ ਲੱਗ ਰਿਹਾ ਹੈ ਤੁਹਾਡੇ, ਹੈ ਕਿਹੜਾ ਤੁਹਾਡਾ ਪੁੱਲ ਲੱਗੂ ਏ। ਘਰ ਦਾ ਜੀ ਕਿਧਰੇ ਨਹੀਂ ਭੁੱਖਾ ਮਰਦਾ, ਤੂੰ ਕਿਤੇ ਹੋਰ ਖਾਇਆ ਦੱਸ। ਚੱਲ ਮੇਰੀ ਗੱਲ ਸੁਣੋ, ਐਂ ਕਰ ਮੈਨੂੰ ਆ ਜਾ, ਮੈਂ ਇਸ ਦੇਖ ਕੇ ਉਹਦੇ ਕਹਿਣ ਮੰਗੂ, ਮੇਰੇ ਬਾਪੂ ਦੇ ਕਹਿਣ ਮੰਗੂ ਨਾ, ਮਾੜੇ ਤੋਂ ਮਾੜੇ ਬੰਦੇ ਵਿੱਚ ਕੋਈ ਨਾ ਕੋਈ ਰੱਬ ਕਹਿੰਦਾ ਚੰਗਾ ਗੁਣ ਪਾਉਂਦਾ, ਤੇਰੇ 'ਚ ਇਹੋ ਜਿਹਾ ਗੁਣ ਹੈਗਾ ਕੰਜਰ ਦਾ ਉਹ ਕੰਮ ਕਰ ਲਾ, ਮਾੜਾ ਮੋਟਾ ਮੈਂ ਹਿੱਸਾ ਮੁੱਸਾ ਵਪਾਰ ਕਰ ਲੈ, ਤੈਨੂੰ ਮੈਂ ਇਸ ਤੋਂ ਵੀ ਪਤਾ ਲੱਗ ਜਾਂਦਾ ਵੀ ਨਵੇਂ ਦੁੱਧ ਹੋਣ ਵਾਲੀ ਹੈ ਕਿ ਨਹੀਂ ਹੋਣ ਵਾਲੀ। ਮੈਸਾਂ ਦੇ ਵਪਾਰ ਨੂੰ ਪੈਸਾ ਬਹੁਤ ਚਾਹੀਦਾ ਚਾਚਾ। ਹੈ ਮੈਸਾਂ ਦਾ 2-3 ਮੇਰੇ ਕੋਲ, ਉਹ ਮੈਂ ਡੇਰੇ ਛੱਡਿਆ ਆ ਮੈਸਾਂ, ਵਪਾਰ ਕਦੇ ਨਾਲ ਕਰੂੰਗਾ ਮੈਂ। ਮੇਰੀ ਗੱਲ ਸੁਣ, ਮੈਂ ਇਸ ਦੇਖਿਆ ਲਵੇ ਪਿੰਡ ਹੋਏ, ਹੈ ਮੇਰੇ ਨਾਲ ਬਾਗ ਚਲਾ ਜਾ, ਮੈਂ ਇਹ ਦੇਖਿਆ ਮਾਂ ਬਾਗ ਚੱਲੂਗਾ। ਚੱਲੀਏ 3-4 ਘੰਟੇ ਖੜ ਜਾ ਫਿਰ, ਕਿਆ ਹੁਣ ਕੀ ਹੁੰਦਾ ਸਤਸੰਗ ਤੋਂ ਬਾਅਦ ਚੱਲੂ। ਆ ਬੋਲਤਾ ਬੋਲਤਾ ਜੀ ਰੇਡੂਏ 'ਚ।
ਚੱਲੀ ਆਪਾਂ ਤਾਂ ਫਿਰ ਪਹਿਲੇ ਪ੍ਰਵਚਨ ਆਪਾਂ ਹੀ ਸੁਣ ਲੈਣੇ ਜਾ ਕੇ ਆਜੋ ਆਜੋ ਚੱਲੀ ਆਉਂਗਾ ਫਿਰ ਹੱਥ ਨੇ ਜਾਊਂਗਾ ਤੇਰੇ ਕੋਲੇ ਹਜੇ 3-3.5 ਘੰਟੇ ਲੱਗ ਜਾ ਹੈ ਕਿ ਲਈ ਫਿਰਦਾ ਓਏ ਜੇਬ ਤੇ ਫੋਟੋ ਦੀ ਫੋਟੋ ਆ ਇਹ ਬਾਬਾ ਜੀ ਦੀ ਹੈ ਬਾਬਾ ਜੀ ਦੀ ਫੋਟੋ ਆ ਇਹ ਇਹਦਾ ਕੰਜਰ ਦਾ ਸੇਵਾਦਾਰ ਨੇ ਉਹਨਾਂ ਨੂੰ ਮਿਲਦੀ ਆ ਇਹ ਐਕਟਰ ਬਣਿਆ ਫਿਰਦਾ ਓਏ ਹੋਰ ਹੁਣ ਇਹਦਾ ਤਰਸਦੇ ਨੇ ਸੇਵਾਦਾਰ ਤਰਸਦੇ ਨੇ ਵੀ ਜੇ ਮਿਲ ਜੇ ਆਜੋ ਭਾਂਦੇ ਖਸਮ ਮਲੰਗ ਸਾਂ ਚੋ ਦੀ ਸੇਵੀਆਂ ਬਣਾਏ ਖਾਵਾਂ ਹੁਣ ਫਿਰ ਉੱਥੇ ਵੀ ਨਹੀਂ ਜਾ ਕੇ ਓਏ ਕਰੀ ਓਏ ਆ ਤੇ ਅੱਜ ਦੇ ਮੁੰਡੇ ਨੂੰ ਭੇਜ ਦੀ ਆ ਗਵਾਂਢੀਆਂ ਤੈਨੂੰ ਕੋਈ ਨਾ ਗੈਸ ਦਾ ਨਹੀਂ ਚਲਾਉਣਾ ਆਉਂਦਾ ਮੈਨੂੰ ਆਹੋ ਹੁਣ ਕਹਿੰਦੇ ਤੇਰੇ ਤਾਏ ਦਾ ਗੈਸ ਚਲਾਇਆ ਕਹਿੰਦੇ ਜਾ ਕੇ ਲਾ ਲੈ ਹੈ ਅੱਜ ਜਾ ਕੇ ਚਾ ਭੇਜ ਉਹਨੂੰ ਭੇਜ ਉਹਨੂੰ ਸੇਵੀਆਂ ਬਣਾ ਚਾ ਪਿਆ ਬਹੁਤ ਗੁੜੂ ਬੋਲਦਾ ਦੇਖਾਂ ਦੁੱਧ ਜੇ ਫ੍ਰਿਜ ਚ ਪਿਆ ਹੂ ਹਾਂਜੀ ਦੋਸਤੋ ਤਾਂ ਫਿਰ ਤੁਹਾਨੂੰ ਲੈ ਕੇ ਚੱਲਦੇ ਹਾਂ ਸਨਾਮ ਵਾਲਿਆਂ ਦੀ ਚੱਠਾ ਮੋਬਾਈਲ ਰਿਪੇਅਰ ਦੇ ਵਿੱਚ। ਇੱਥੇ ਆਈਫੋਨ ਅਤੇ ਐਂਡਰਾਇਡ ਦਾ ਕੰਮ ਬੜੀ ਬਰੀਕੀ ਅਤੇ ਟੈਕਨੀਕਲ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ, ਜਿਵੇਂ ਗਲਾਸ ਦੀ ਵਾਇਰ ਕਟਿੰਗ ਅਤੇ ਗਲਾਸ ਪੇਸਟਿੰਗ ਦੋਨੋਂ ਹੀ ਮਸ਼ੀਨਾਂ ਨਾਲ ਕੀਤੀਆਂ ਜਾਂਦੀਆਂ ਨੇ। ਅਤੇ ਸਭ ਤੋਂ ਖਾਸ ਗੱਲ, ਇੱਥੇ ਆਈਫੋਨ ਅਤੇ ਐਂਡਰਾਇਡ ਦੇ ਮਦਰਬੋਰਡ ਦਾ ਕੰਮ ਬੜੀ ਬਰੀਕੀ ਅਤੇ ਘੱਟ ਤੋਂ ਘੱਟ ਸਮੇਂ ਦੇ ਵਿੱਚ ਕੀਤਾ ਜਾਂਦਾ ਹੈ। ਅਤੇ ਆਈਫੋਨ ਦੇ ਬੈਕ ਗਲਾਸ ਬੜੇ ਜਾਇਜ਼ ਰੇਟ ਦੇ ਵਿੱਚ ਚੇਂਜ ਕੀਤੇ ਜਾਂਦੇ ਸਨ। ਤਾਂ ਦੇਖਦੇ ਕੀ ਉਹ, ਜਲਦੀ ਵਿਜ਼ਿਟ ਕਰਿਓ ਚੱਠਾ ਮੋਬਾਈਲ ਰਿਪੇਅਰ ਸਨਾ। ਤਾਇਆ ਓ ਕਰੀ ਆ ਆਜਾ ਮੈਂ ਕੀ ਹੋਰ ਸਤਰੌਦੀ ਜਾਣਾ ਕਿਵੇਂ ਵਧੀਆ ਗੈਸ ਦਾ ਚਲਾਈ ਹੋਏ ਮੈਨੂੰ ਕੰਜਰ ਦਾ ਚਲਾਉਣਾ ਨਹੀਂ ਤਾਂ ਕਦੇ ਹੋਰ ਅੱਗ ਉੱਗ ਜੀ ਲਾ ਦਾਂ ਚੱਲਦਾ ਕਿਵੇਂ ਹੁੰਦਾ ਇਹਨੂੰ ਐਂ ਦੱਬ ਕੇ ਥੋੜ੍ਹਾ ਜਿਹਾ ਅੰਦਰ ਨੂੰ ਹੈ ਇੱਧਰ ਨੂੰ ਕਰਕੇ ਲੈਟਰ ਜੇ ਨਾਲ ਮਾੜਾ ਜਿਹਾ ਐਂ ਕਰ ਲਿਆ ਕਰ ਟਿਕ ਟਿਕ ਜੀ ਚੱਲ ਪੈਂਦਾ ਸਿੱਖਾਂ ਨਾਲ ਤਾਂ ਚਲਾਉਣਾ ਮੈਂ ਨਹੀਂ ਚੱਲਦਾ ਸਿੱਖਾਂ ਨਾਲ ਨਾ ਪੰਗਾ ਲਿਆ ਕਰ ਅੱਗ ਲਾ ਕੇ ਬਹਿ ਜਾਏਗਾ ਇਹਨੂੰ ਐਂ ਕਰ ਸੇਵੀਆਂ ਬਣਾਈਆਂ ਨੇ ਚਾਹਰੇ ਸਿੱਟਦੇ ਵਿੱਚ ਦੇ ਸੇਵੀਆਂ 'ਚ ਚਾਹਰੇ ਕੌਣ ਪਾਉਂਦਾ ਓਏ ਗਰਮ ਹੁੰਦੇ ਨੇ ਸੇਵੀਆਂ ਵੀ ਗਰਮ ਇਹ ਵੀ ਗਰਮ ਹੁੰਦੇ ਨੇ ਠੰਡ 'ਚ ਵਧੀਆ ਰਹਿੰਦੇ ਨੇ ਪਾ ਦਿੰਦੇ ਹਾਂ ਕਿਹੜੀ ਪੰਜ ਚਾਰ ਗਰਮ ਚੀਜ਼ਾਂ ਹਨ ਓਏ ਹਾਏ ਹੋਰ ਫਿਰ ਓਏ ਹੋਰ ਤਾਂ ਆ ਵਧੀਆ ਤੂੰ ਦੱਸ ਜੀ ਬਹਿ ਜਾ ਬਹਿ ਜਾ ਹੋਰ ਕੀ ਹੈ ਸਾਡੇ ਕੋਲ ਕਿੱਥੇ ਬਣਿਆ ਬੜਿਆਂ ਕੋਲੇ ਤੁਸੀਂ ਹੁਣ ਨਾ ਨਾ ਤੁਹਾਡਾ ਨਵਾਂ ਖੂਨ ਹੈ ਹੈ ਹੋਰ ਸੁਣਾ ਕਿਵੇਂ ਤਾਈ ਕਿੱਧਰ ਗਈ ਭੈਣ ਦੇ ਖਾਤੂ ਦੀ ਪਿਰਸਲ ਲਵਾਉਂਦੀ ਫਿਰਦੀ ਹੈ ਅੱਛਾ ਅੱਛਾ ਚੱਲ ਹੋਰ ਸੁਣਾ ਗੱਲਬਾਤ ਵਧੀਆ ਕਿਹੜੇ ਮੁਲਕ 'ਚ ਰਹਿਣਾ ਫਿਰ ਉੱਥੇ ਮੈਂ ਬਸ ਇੱਥੇ ਹੀ ਹਾਂ ਪੁਰਤਗਾਲ ਗਿਆ ਅੱਛਾ ਚਲੋ ਵਧੀਆ ਗੱਲ ਹੈ ਪੁਰਤਗਾਲ 'ਚ ਹੋਰ ਕਿੰਨੇ ਬਣ ਜਾਂਦੇ ਨੇ ਪੈਸੇ ਪੂਸੇ ਹੋਏ ਪੈਸੇ ਬਸ ਆਈ ਚਲਾਈ ਚੱਲੀ ਜਾਂਦੀ ਆ ਕਿਉਂ ਬਸ ਤੈਨੂੰ ਪਤਾ ਹੀ ਆ ਕਿੰਨੀ ਕੁ ਚੱਲਦੀ ਆ ਚਲਾਈ ਪੂਰੇ ਜੀ ਕਰੇ ਨੇ ਹਜੇ 4 ਸਾਲ ਹੋ ਗਏ ਅੱਛਾ ਜਿੰਨੇ ਕੁ ਲਾ ਕੇ ਕੀਤੀ ਉਹਨੇ ਕੀ ਤਾਰੇ ਨੇ ਹਜੇ ਫਿਰ ਤਾਂ ਦੁੱਧ ਲੈਣ ਜਾਂਦੇ ਹੋ ਕੰਜਰ ਦੇ ਇੱਥੇ ਨਹੀਂ ਕੰਮ ਕਰਿਆ ਜਾਂਦਾ ਇੱਥੇ ਕੰਮ ਦੇ ਰਹੇ ਨਹੀਂ ਤਾਇਆ ਕੰਮ ਹੈ ਇੱਥੇ ਬੰਦਾ ਮੜੀ ਇੱਥੇ ਅੰਡੇ ਦੀ ਰੀੜੀ ਲਾ ਲਾ ਭਾਂਦੇ ਖਾਲ ਮੈਂ ਵਧੀਆ ਰੁਪਏ 1000 ਰੁਪਏ ਕੁੱਟ ਲੈ ਕਰਾਂਗਾ ਹੱਥਾਂ ਨੂੰ ਉਹ ਕਾਣੂ ਇੱਥੇ ਉਹ ਕੰਮ ਨਹੀਂ ਰਿਹਾ ਹੁਣ ਪਹਿਲਾਂ ਵਾਲਾ ਇੱਥੇ ਬੰਦਾ ਮੜੀ ਜੀ ਤਰੱਕੀ ਕਰ ਲਿਆ ਨਹੀਂ ਪਤਾ ਕੋਈ ਗੈਂਗਸਟਰ ਹੀ ਫੋਨ ਕਰਦੇ ਇਹ ਭੈਣ ਦੇ ਖਾਸਮਾ ਨੇ ਭਾਈ ਬੜੇ ਤਪਾਈ ਲੋਕ ਭੁੱਖੇ ਮਰਦੇ ਕਿਹੜੇ ਨੇ ਕੀ ਕੀ ਕਹਦੇ ਨੇ ਆਹੀ ਗੈਂਗਸਟਰ ਆਹੋ ਹਾਂ ਆ ਪਿੱਛੇ ਜੇ ਮਾਰਿਆ ਨਹੀਂ ਮੁੰਡਾ ਇੱਧਰ ਮਾਨਸਾ ਕਨੀ ਦਾ ਮੂਸੇ ਵਾਲਾ ਹਾਂ ਗਵਈਆ ਮਾਨਸਾ ਵਾਲਾ ਹਾਂ 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 ਉਹਦਾ ਭਾਈ ਬਾਲੀ ਮੰਦ ਭਾਗੀ ਕੰਮ ਹੋਇਆ ਹੈ ਦੇਖ ਲੈ ਦੱਸ ਲੈ ਉਹਦਾ ਬਾਪ ਬੜਾ ਨਹੀਂ ਹੋਇਆ ਤੀ ਫਕਾਰੇ ਮਾਰਦਾ ਸੀ ਕਾਲੇ ਨਾਂਗ ਵਾਂਗੂ ਜਦੋਂ ਦਾ ਪੁੱਤ ਛੱਡ ਕੇ ਗਿਆ ਹੈ ਬੜਾ ਹੋ ਗਿਆ ਬੰਦਾ ਨੀਂਦ ਨਹੀਂ ਆਉਂਦੀ ਹੈਗੀ ਦੇਖ ਲੈ ਉਹਨਾਂ ਨੂੰ ਇਸੇ ਡਰਦੇ ਮਾਰੇ ਬਾਹਰ ਜਾਂਦੇ ਨੇ ਲੋਕ ਤਾਂ ਹੀ ਅਸੀਂ ਗਏ ਅੱਲਾ ਭਾਈ ਸਹੀ ਹੈ ਤੇਰੀ ਹੂੰ ਸਹੀ ਗੱਲ ਆ ਮੁੰਡਾ
ਕੀ ਕੱਢ ਲੈਣੇ ਤੁਸੀਂ ਦੋ ਕੁ ਮਿੰਟਾਂ ਵਾਦਾ ਮੰਗਲਾਇਲ ਜੇ ਚ ਕੀ ਭਾਲਦੇ ਤੁਸੀਂ? ਇੱਥੇ ਟਾਈਮ ਜਿਹਾ ਪਾਸ ਹੋ ਜਾਂਦਾ ਵਧੀਆ, ਤੁਹਾਡੇ ਟਾਈਮ 'ਚ ਨਹੀਂ ਹੈਗੇ ਤੀ ਇਹ? ਸਾਡੇ ਵੇਲੇ ਤਾਂ ਬਾਹਲਾ ਵਧੀਆ ਟਾਈਮ ਪਾਸ ਹੁੰਦਾ ਸੀ। ਤੁਸੀਂ ਕਿੱਦਾਂ ਟਾਈਮ ਲੰਘਾਉਂਦੇ ਸੀ? ਸਾਡਾ ਤਾਂ ਲੰਘ ਜਾਂਦਾ, ਤੁਸੀਂ ਕਿਵੇਂ ਟਾਈਮ ਪਾਸ ਕਰਦੇ ਸੀ? ਅਸੀਂ ਤਾਂ ਇਦੋਂ ਵਧੀਆ ਕਰਦੇ ਸੀ ਟਾਈਮ ਪਾਸ। ਕਿਵੇਂ? ਹੈਂ, ਆ ਤੇਰੇ ਬਾਪ ਦੇ ਵਿਆਹ ਦੀ ਗੱਲ ਆ ਲੈ, ਥੋੜ੍ਹੀ ਟਾਈਮ ਹੋਇਆ, 40 ਸਾਲੇ ਹੋਏ ਨੇ। ਆਹੋ ਆਹੋ, ਹੈਂ, ਜਦੋਂ ਤੇਰੇ ਬਾਪ ਦੀ ਬਰਾਤ ਗਏ ਤੇ ਸੀ ਉਦੋਂ ਦੇਖ ਲੈ, ਉਹ ਖੜਕੂ ਬਾਦ ਦਾ ਟਾਈਮ ਸੀ, 14 ਬੰਦੀ ਜਾਂਦੇ ਸੀ ਬਰਾਤ, ਟਰੱਕ ਲੈ ਕੇ ਗਏ ਤੇ ਵੱਡਾ ਇਹ ਮਾਂ ਨੂੰ ਵਿਆਹਣ ਵਾਸਤੇ। ਅੱਛਾ ਅੱਛਾ, ਹੋਰ ਹੈਂ, ਜਦੋਂ ਉਧਰੋਂ ਅਸੀਂ ਉੱਥੇ ਗਏ ਥਾਈ 'ਚ ਸਾਰਾ ਰੋਕਾ ਰੱਖਿਆ ਸੀ। ਅੱਛਾ ਅੱਛਾ, ਤੇਰੇ ਨਾਨਕਿਆਂ ਦੇ ਗੇਟ ਮੂਹਰੇ ਹਲ ਰੱਖੇ ਪਏ ਸੀ ਚੌਵਾਂ। ਅੱਛਾ ਅੱਛਾ, ਹੋਰ ਇਹਦਾ ਚੌਵਾਂ ਪਾ ਲਿਆ ਕਰੇ ਗਲ 'ਚ, ਠੀਕ ਆ, ਬੰਨ ਕੇ ਪਰਨਾ ਉਹਦੇ। ਅੱਛਾ, ਬੀਹੀ 'ਚ ਕਦੇ ਉੱਧਰ ਲੈ ਗਏ ਭਜਾ ਕੇ, ਕਦੇ ਉੱਧਰ ਭਜਾ ਕੇ ਲੈ ਗਏ, ਜ਼ੋਰ ਕਰਦੇ ਸੀ ਤਾਂ ਜਾਣ ਵੀ ਬੜੀ ਸੀ ਉਦੋਂ ਲੋਕਾਂ ਦੀ। ਮੂਸਲੀਆਂ ਘੁਮਾਉਂਦੇ ਸੀ ਉੱਥੇ, ਧਰਕੇ ਲੈ ਜਾਂਦੇ ਸੀ, ਤੁਹਾਡੇ ਵਾਂਗੂ ਥੋੜੂ ਆ ਹੁਣ ਮੈਂ ਉੱਥੇ ਵਿਆਹ 'ਚ ਚੜ ਜਾਂਦੇ ਹੋ ਗਾ, ਉੱਥੇ ਕੁੱਟ ਖਾਈ ਜਾਂਦੇ ਹੋ, ਹੈਂ, ਲੱਕ ਮਰੀ ਜਾਂਦੇ ਤੀਮੀਆਂ ਵਾਂਗੂ, ਹੈਂ, ਇਹ ਕੋਈ ਬੰਦੇ ਵਾਲਾ ਕੰਮ ਥੋੜੀ ਤੁਹਾਡਾ? ਤੁਹਾਡੇ ਟਾਈਮ ਖੁਰਾਕਾਂ ਹੀ ਵਧੀਆ ਸੀ। ਹੋਰ, ਤੂੰ ਤਾਂ ਖਰਚਾ ਕਰਦੇ ਹੋ ਬੇਅੰਤਵਾ ਵਿਆਹ 'ਚ, ਤੇਰੀ ਮਾਂ ਨੂੰ ਅਸੀਂ ਇੱਕ ਟਰੱਕ 'ਚ ਵਿਆਹ ਲਏ ਤੇ। ਅੱਛਾ, ਤੇਰੀ ਮਾਂ, ਇੱਕ ਡਰਾਈਵਰ, ਇੱਕ ਵਿਚੋਲਾ, ਇੱਕ ਤੇਰਾ ਬਾਪ ਮੂਹਰੇ ਬਹਿ ਗਏ ਆਉਂਦੇ ਹੋਏ, ਮੈਂ ਅਗਰ ਅਸੀਂ ਲਾਦੂ ਨੂੰ ਲਾਉਣਾ ਪਿੱਛੇ। ਅੱਛਾ ਅੱਛਾ, ਹੋਰ ਅੱਜ ਤਾਂ ਲਲਕਰੇ ਮਾਰਦੀ ਆਏ, ਤੇਰੀ ਉਹ ਭੈਣ ਨੂੰ, ਤੇਰੀ ਉਹ ਮਾਂ ਨੂੰ, ਹੈਂ, ਵਧੀਆ ਟਾਈਮ ਲੰਘਿਆ ਫਿਰ ਤਾਂ। ਤੁਹਾਡੇ ਵੇਲੇ ਸੋਹਣਿਆਂ ਦੀ ਟਾਈਮ ਆ, ਹੈਂ, ਤੁਹਾਡੇ ਵੇਲੇ ਟਾਈਮ ਸੋਹਣੇ ਦੀ ਵਾ, ਹਾਂ, ਸੋਹਣੇ ਤਾਂ ਹੈਗੇ ਤੇ ਭਾਈ ਫਿਕਰਾਂ ਨੇ ਖਾ ਲਏ ਹੁਣ, ਹੈਂ, ਤੇਰਾ ਬਾਪ ਦੇਖ ਲੈ ਦਿਨਾਂ 'ਚ ਹੀ ਬੜਾ ਹੋ ਗਿਆ, ਜਿਵੇਂ ਕਿਸੇ ਨੂੰ ਜ਼ਮੀਨ ਜੀ ਵੇਚੀ ਹੈ, ਹੈਂ, ਫਿਕਰਾਂ 'ਚ ਬੜਾ ਹੋ ਗਿਆ, ਚਿੱਟੀ ਆ ਗਈ ਕਲਫ ਕਰਨ ਲੱਗ ਗਿਆ ਉਹ, ਅਸੀਂ ਸਾਡੇ ਵਾਲਾ ਬਲਾਂਗੜਾ, ਹੈਂ, ਇਹ ਭੈਣ ਦਾ ਖਸਮ ਤੀਵੀਂ ਬਾਜੀ ਕਰਦਾ, ਇਹ ਨਹੀਂ ਛੱਡਦਾ ਤੀਵੀਂ ਦਾ ਖਿਹੜਾ, ਪਤਾ ਨਹੀਂ ਭੈਣ ਦੇ ਖਸਮ ਨੂੰ ਕੀ ਮਿਲਦਾ ਤੀਵੀਂ 'ਚੋਂ, ਉਹੀ ਤੇਰੀ ਘਰਵਾਲੀ ਹੈ, ਉਹੀ ਦੋ ਅੱਖਾਂ, ਦੋ ਕੰਨ, ਦੋ ਨੱਕ, ਇੱਕ ਨੱਕ ਲੱਗਿਆ ਹੋਇਆ, ਹੈਂ, ਸਾਰਾ ਕੁਛ ਉਹੀ ਬਣਿਆ ਤਣਿਆ, ਉਹੀ ਦੂਜੀ ਤੀਵੀਂ 'ਤੇ ਲੱਗਿਆ ਹੁੰਦਾ। ਸਮਝਾਇਆ ਜੀ ਤੁਹਾਡੇ ਦੂਜੇ ਪਾਸੇ ਕਿਉਂ ਭੱਜਦੇ ਨੇ? ਸਮਝਾਇਆ ਸੀ ਬਹੁਤ, ਮੈਂ ਮੰਨਦਾ ਨਹੀਂ ਹੈਗਾ, ਮੈਂ ਵੀ ਸਮਝਾਇਆ ਸੀ ਤੁਹਾਡੇ ਦਾ ਬਾਹ ਭੈਣ ਦਾ, ਤੈਨੂੰ ਨਹੀਂ ਪਤਾ ਮੇਰੇ ਸਾਲ ਦੇ। ਚੱਲ ਮੈਂ ਸੇਵ ਦੇਖੀ, ਓਏ ਕਿਤੇ ਥੱਲੇ ਲੱਗ ਜਾਣ ਸੇਵੀਆਂ, ਇਟਲੀ ਵਾਲਾ ਪਾ ਰੱਖਿਆ ਹੈ ਓਏ। ਆਹੋ ਆਹੋ, ਠੀਕ ਆ, ਲੱਗੇ ਤੇ ਨਹੀਂ ਥੱਲੇ? ਨਾ ਨਾ, ਠੀਕ ਨੇ, ਹਜੇ ਤਾਂ ਲੱਗੂ ਟਾਈਮ, ਵੜ ਪਾ ਦੀਆਂ ਤਾਂ, ਠੀਕ ਆ ਠੀਕ ਆ, ਆਉਂਦੇ ਵਾ ਪੈਰ ਵਾਲੇ। ਚਾਹ ਵੀ ਧਰ ਲਾ? ਚਾਹ ਧਰ ਲੈ, ਮੈਂ ਇਹਨੇ ਉਹ ਕਰਦਾ ਬੱਠਣ ਨੂੰ ਲਾਉਣਾ, 11 ਗੁਰਾ ਲਾ ਦੇਣਾ ਬੱਠਣ ਨੂੰ। ਆਹੋ ਆਹੋ, ਵਿਹਲੀ ਅੱਜ ਕੱਢ ਲੈਣੇ ਘਰੇ। ਆਹੋ, ਹੈਂ, ਠੀਕ ਆ, ਕਢਾ ਦੇਗਾ ਮੇਰੇ ਨਾਲ? ਨਾ ਯਾਰ, ਮੇਰਾ ਬਾਹਰ ਦਾ ਕੰਮ ਆ। ਐਂ ਦੇ ਖਸਮ ਹੋ ਜੇ ਅੰਦਰ ਵੜੋਗੇ ਫੇਰੇ ਬਾਹਰ ਜਾਓਗੇ, ਹੈਂ, ਮਰਵਾ ਦੇਗਾ ਤੇਰਾ ਕੀ ਪਤਾ। ਚੰਗਾ ਲੰਘ ਜੀ, ਸੇਵੀਆਂ ਬਣਾ ਕੇ ਮੈਂ ਤਾਂ ਦਾਰੂ ਕੱਢਦਾ। ਆਹੋ ਆਹੋ, ਠੀਕ ਆ, ਚਲ ਬਣਾਉਣਾ ਆਪਾਂ ਇਹਦਾ ਹੱਲ। ਅੱਜ ਤਾਂ ਜਿਵੇਂ ਜ਼ਿੰਦਗੀ 'ਚ ਪਹਿਲੀ ਵਾਰ ਗੱਡੀ 'ਚ ਮੋਹਰੇ ਬੈਠੀਆਂ, ਬਾਲਾ ਹੀ ਨਜ਼ਾਰਾ ਆਇਆ। ਆਇਆ ਨਜ਼ਾਰਾ ਪੂਰਾ, ਹੋਰ ਐਵੇਂ ਬੱਸਾਂ 'ਚ ਧੱਕੇ ਖਾਂਦੀ ਫਿਰਦੀ ਰਹੀ ਇੰਨੇ ਸਾਲ, ਐਂ ਨਜ਼ਾਰੇ ਦਬਾਉਂ ਬਸ, ਤੂੰ ਰੂਪ ਨਾਲ ਲੜਨਾ ਛੱਡੀ। ਹਾਂ, ਮੈਨੂੰ ਲੱਗਦਾ ਬੱਬੂ ਦਾ ਪਾਪਾ ਬਾਹਰ ਤਾਂ ਖੁੱਲ੍ਹਾ, ਘਰੇ ਹੀ ਆ ਬੱਬੂ ਦਾ ਪਾਪਾ। ਪਰ ਐਂ ਕੀ ਕਹਿੰਦਾ, ਦੱਸ ਕੇ ਤਾਂ ਗਏ ਆਪਾਂ। ਦੱਸ ਕੇ ਤਾਂ ਗਈ ਸੀ, ਉਹਨੂੰ ਤਾਂ ਆਪਾਂ ਕਿਹਾ ਸੀ ਵੀ ਪੈਲਸਨ ਲਵਾਉਣ ਚੱਲੇ ਹਾਂ, ਆ ਸੁਰਖੀ ਬਿੰਦੀ ਮੱਥ ਕੇ ਚਲੇ ਗਈ। ਉਹਨੇ ਕਹਿਣਾ ਤੂੰ ਕਿਤੇ ਵਿਆਹ ਗਈ ਸੀ, ਉਹ ਤਾਂ ਬੱਖੀਓ ਬੱਖੀ ਕੁੱਟੂ ਮੇਰੀ। ਆਏ ਨਾਲ ਪੂਜ ਲਾ, ਲੈ ਲੈ ਪੀਣ ਪੇਪਰੀ ਹੈ, ਰਾਗੜ ਲੈ ਚੰਗੀ ਤਰ੍ਹਾਂ, ਮੈਂ ਪੂਰਾ ਸੁਰਖੀ ਦਾ ਤੋਂ ਨਹੀਂ ਨਵਾਉਂਦਾ, ਸੁਰਖੀ ਨਾਲ ਪੈਸੇ ਜੀ ਸੋਹਣੀ ਲੱਗਦੀ ਆ। ਉਹਨੂੰ ਨੀ ਨਾ ਸੋਹਣੀ ਲੱਗਦੀ, ਹੁਣ ਤਾਂ ਮੇਰੀਆਂ ਹੁਣ ਬੱਖੀਆਂ ਕੱਟ ਦੇਣੀਆਂ। ਦੇਖਾ, ਠੀਕ ਹੈ, ਲਾਏਗੀ ਲਾਏਗੀ। ਹਾਏ, ਮੈਂ ਤਾਂ ਗੱਲਾਂ ਤੇ ਗਲਾਲੀ ਵੀ ਲਾ ਲਈ ਸੀ, ਇੰਨੀ ਗੱਲ ਲਾ ਕੇ ਰੱਖਿਆ ਕਰ, ਉਹ ਸੋਹਣੀ ਲੱਗਦਾ ਮੇਰੀ ਗੱਲ ਸੁਣ। ਹਾਂ, ਮੈਂ ਚੱਲਦਾ ਤੇਰੇ ਨਾਲ ਅੰਦਰ, ਚੰਗਾ? ਹਾਂ, ਚੱਲ ਤਾਂ ਸਹੀ।
ਮੇਰੀ ਗੱਲਾਂ ਦੀ ਗੱਲਾਂ ਲਈ ਦੇਖੀ ਗੱਲਾਂ ਹੋ ਗਈਆਂ ਘੱਟ ਲਾਲ ਇੰਨੀ ਗੱਲਾਂ ਤੇਰੇ ਹੁਣ ਵੀ ਰਹਿੰਦੀ ਆ ਮੈਂ ਦੇਖੀ ਆ ਬਹੁ ਵਾਰੀ ਚੱਲ ਚੱਲ ਆਥਣੇ ਕਰਤਾ ਹੈ ਹੋਰ ਭਰਪੂਰ ਸਾ ਠੀਕ ਹੈ ਆਥਣੇ ਕਰਤਾ ਮਹਾ ਬਸ ਸਰਕਾਰੀ ਕੰਮਾਂ ਨੂੰ ਟਾਈਮ ਤਾਂ ਲੱਗ ਜਾ ਤੈਨੂੰ ਪਤਾ ਤਾਂ ਹੈ ਕਿ ਮੈਂ ਇੱਥੋਂ ਕਵੇਲੇ ਤੋਂ ਲੈਂਦੀ ਹੈ ਥੋੜਾ ਜਿਹਾ ਅੱਛਾ ਠੀਕ ਹੈ ਹੋ ਗਿਆ ਕੰਮ ਲਾਗੀ ਪਰਸਨ ਪੁੱਛ ਗੋੜ ਮੈਨੇ ਨੂੰ ਹੈ ਕਿਉਂ ਨਹੀਂ ਲੈ ਪੈਲਸਨ ਤਾਂ ਸਮਝ ਲਿਆ ਲੱਗੀ ਹੋ ਗਈ ਭਾਈ ਮੇਰੀ ਤਾਂ ਅੱਡੀ ਨਾ ਅੱਡੀ ਨਹੀਂ ਲੱਗਣ ਦਿੱਤੀ ਚੌਧਰੀ ਸਾਹਿਬ ਨੇ ਭਾਈ ਖਿੱਚ ਉੱਧਰ ਨੂੰ ਲੈ ਜਾਵੇ ਖਿੱਚ ਉੱਧਰ ਨੂੰ ਲੈ ਜਾਵੇ ਭਾਈ ਆਹ ਪੈਲਸਣਾ ਪੁਲਸਣਾ ਦੇ ਸਰਕਾਰੀ ਕੰਮ ਕਰਾਉਣੇ ਕੋਈ ਮਾੜੇ ਧੀੜੇ ਬੰਦੇ ਦਾ ਕੰਮ ਨਹੀਂ ਇਹ ਤਾਂ ਬਈ ਇੱਦਾਂ ਦੇ ਲੀਡਰ ਹੀ ਕੰਮ ਕਰ ਸਕਦੇ ਇੰਨੀ ਜਾਣ ਪਛਾਣ ਬੱਬੂ ਦੇ ਪਾਪੇ ਇੰਨੀ ਜਾਣ ਪਛਾਣ ਮੇਰੇ ਕਿੱਥੇ ਬੱਸ ਦੀ ਗੱਲ ਸੀ ਇਹ ਤਾਂ ਚੌਧਰੀ ਦੇ ਸਿਰ ਤੇ ਇਹ ਕੰਮ ਹੋ ਗਿਆ ਅੱਛਾ ਹੋਰ ਫਿਰ ਪੂਰੇ ਆਇਆ ਨਾ ਜਾਣ ਪਛਾਣ ਦਾ ਥੋੜ੍ਹਾ ਜਿਹਾ ਹੋਰ ਸਾਹਿਬ ਹੁੰਦਾ ਹੁਣ ਆਪਣੇ ਤਾਂ ਉੱਥੇ ਸਾਰੇ ਜਵਾਕ ਨੇ ਜਾਣਦੇ ਨੇ ਆਪਾਂ ਆਪੇ ਹੀ ਰਖਾਏ ਹੋਣਗੇ ਆਪਣੇ ਕੰਮ ਨਹੀਂ ਕਰਨਗੇ ਹੋਰ ਕਿਦਾਂ ਕਰਨਗੇ ਹਾਂ ਹੋਰ ਐਵੇਂ ਤਾਂ ਨਹੀਂ ਇਹਨੂੰ MLA ਦੀ ਟਿਕਟ ਦੇਣੀ ਅਗਲੀ ਵਾਰ ਹੋਰ ਲੈ ਚੱਲ ਵਧੀਆ ਗੱਲ ਆ ਫਿਰ ਤਾਂ ਕਹਿੰਦੀ ਆ ਪੱਠਲ ਗਾਲ ਪੈ ਰਹੀ ਆ ਕਹਿੰਦੀ ਦੇਣੀ ਆ ਟਿਕਟ ਮੰਗਾ ਚੱਲ ਹੋਰ ਕਿਆ ਅੱਗੇ ਵੀ ਤਾਂ ਲੋਕਾਂ ਦੀ ਸੇਵਾ ਕਰਦੇ ਹੋਰ ਕਰ ਮੈਂ ਪਾ ਦੂੰ ਦੋ ਜਾਲੀ ਵੋਟਾਂ ਦਾ ਤੈਨੂੰ ਨਾ ਨਾ ਜਾਲੀ ਦੀ ਲੋੜ ਹੀ ਨਹੀਂ ਆਪਾਂ ਤਾਂ ਹੀ ਜਿੱਤ ਜਾਾਂਗੇ ਲੋੜ ਹੀ ਨਹੀਂ ਜਾਲੀ ਹੁਣ ਪੈਸੇ ਸਰਕਾਰ ਆਉਣ ਲੱਗ ਗਈ ਕਿ ਹਲੇ ਹੋਰ ਕਿਹੜਾ ਕਿਹੜਾ ਵੱਜੂ ਹਲੇ ਕੋਈ ਨਹੀਂ ਵੱਜੂ ਗੇੜਾ ਤਾਂ ਇੱਕ ਦੋ ਹਲੇ ਗੇੜੇ ਹੋਰ ਵੱਜਣਗੇ ਆਇਆ ਹੁਣ ਪਹਿਲਾਂ ਤਾਂ ਫਾਈਲ ਲੀਡਰ ਲਵੇ ਜਾਊਗੀ ਲੀਡਰ ਸਾਈਨ ਕਰਕੇ ਕਚਹਿਰੀਆਂ 'ਚ ਤੋਰੂ ਕਚਹਿਰੀਆਂ 'ਚ ਟੈਸਟਡ ਹੋ ਕੇ ਫਿਰ ਸਾਰਾ ਪ੍ਰੋਸੈਸ ਚੱਲੂ ਦੋ ਤਿੰਨ ਗੇੜੇ ਹਲੇ ਹੋਰ ਵੱਜਣਗੇ ਗੇੜੇ 'ਚ ਇਹ 10 ਮਰਵਾ ਲਈ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਪਰ ਸਰਕਾਰੀ ਪੈਸਾ ਨਹੀਂ ਛੱਡਣਾ ਸੀ ਨਾ ਨਾ ਕੋਈ ਗੱਲ ਹੀ ਨਹੀਂ ਬੱਬੂ ਦੇ ਪਾਪੇ ਤਹਿਸੀਲਦਾਰ ਦੇ ਕਮਰੇ 'ਚ ਲੈ ਗਿਆ ਮੈਨੂੰ ਭਾਈ ਕਮਰਾ ਤਾਂ ਠੰਡਾ ਹੀ ਠੰਡਾ ਹੈ ਮੈਂ ਵੀ ਕਹਾਂ ਵੀ ਇੰਨੀ ਠੰਡ ਇਹਦੇ ਕਮਰੇ 'ਚ ਉੱਥੇ ਸਾਨੂੰ ਕਾਫੀ ਪੜਾਈ ਹੋਰ ਪਕੌੜਿਆਂ ਨਾਲ ਲੈ ਬਰਫੀ ਵੀ ਰੱਖੀ ਓਏ ਕੰਜਰ ਦੀ ਇਹ ਲੀਡਰਾਂ ਦੇ ਚੋਜ ਹੁੰਦੇ ਨੇ ਗਰਮੀਆਂ 'ਚ ਇਹ ਕੰਜਰ ਦੇ ਕੋਟ ਪਾ ਕੇ ਰੱਖਦੇ ਨੇ ਹੈ ਹੋਰ ਸਿਆਲਾਂ 'ਚ ਇਹ ਠੰਡੇ ਕਮਰੇ 'ਚ ਪੈਂਦੇ ਨੇ ਤਾਂ ਗਰਮ ਸਮਾਨ ਖਾਂਦੇ ਨੇ ਤਸੀਰ ਬਹੁਤ ਗਰਮ ਹੁੰਦੀ ਹੈ ਨਾ ਦੀ ਭਾਈ ਕਮਰਾ ਤਾਂ ਠੰਡਾ ਹੀ ਠੰਡਾ ਮੇਰੀ ਗੱਲ ਸੁਣ ਲੈ ਨੀ ਜਿੱਥੇ ਕਿੱਥੇ ਤੈਨੂੰ ਅੰਗੂਠੇ ਕਹੀ ਉੱਥੇ ਲਈ ਚ ਇਹ ਪੈਰਾਂ ਦੇ ਅੰਗੂਠੇ ਵੀ ਲਾਈ ਹੈ ਕਿਤੇ ਨਾ ਨੁੱਕਰ ਕਰਦੇ ਇਹਨੂੰ ਕੁੜਮ ਨੂੰ ਤਾਂ ਕਿਆ ਮਗਾ ਦੇਖ ਜੇ ਜਾਉਂਗੇ ਬਈ ਮੈਂ ਜਿਵੇਂ ਕਹਿੰਦਾ ਉਵੇਂ ਕਰਦੀ ਨਾ ਨੁੱਕਰ ਨਾ ਕਰੀ ਬਸ ਮੈਂ ਤਾਂ ਮੂਰੇ ਲੱਗ ਕੇ ਕਰਾਉਂਦਾ ਤੂੰ ਆਪਦੀਆਂ ਮਰਜ਼ੀਆਂ ਜੇ ਕਰਦੀ ਉਹਨੇ ਮੈਂ ਨਹੀਂ ਕਰੂੰ ਮੈਂ ਕਰੂੰਗੀ ਨਾ ਹੁਣ ਨਹੀਂ ਕਰਦੀ ਮਰਜ਼ੀ ਪੜਿਆ ਲਿਖਿਆ ਬੰਦਾ ਜਿਵੇਂ ਇਹ ਕਹੂਗਾ ਉਵੇਂ ਕਰੀ ਚੱਲੀ ਹੈ ਕੀ ਪੈਸਿਆਂ ਦੀ ਗੱਲ ਵੀ ਕਰ ਲੈ ਨਾ ਚਾਹ ਲਿਆ ਪਾ ਕੇ ਚਾਹ ਬਣੀ ਪਈ ਐ ਅੱਛਾ ਹੋਰ ਤੂੰ ਚਾਰੇ ਚੂਰੇ ਪਏ ਨੇ ਦੋਗਾ ਚਾਰੇ ਵਾਲੇ ਤੇ ਮੈਂ ਨਾਲ ਸੇਵੀਆਂ ਸੂਵੀਆਂ ਦੇ ਪੈਂਦੇ ਖਾਣ ਸੇਵੀਆਂ ਖਾਵੇਂਗਾ ਨਾ ਮਿੱਠਾ ਤਾਂ ਵਧੀਆ ਨਹੀਂ ਲੱਗਦਾ ਮੇਰਾ ਸ਼ੂਗਰ ਜਾਂ ਵਧਿਆ ਹੋਇਆ ਥੋੜਾ ਜਿਹਾ ਅੱਛਾ ਕਲਵੀਰ ਕਹਿੰਦਾ ਭਾਪਿਆ ਖਾਲਾ ਖਾਲਾ ਆਪਾਂ ਤਾਂ ਨੱਕ ਨਹੀਂ ਕਰਦੇ ਜਮਾ ਨਹੀਂ ਐਤਕੇ ਡੱਬੇ ਜਾਏ ਆਪਾਂ ਤਾਂ ਇੱਕ ਵੀ ਨਹੀਂ ਖਾਦਾ ਕਾਰ ਫਿਰ ਬਰਫੀ ਹੈ ਕਾਰ ਫਿਰ ਤੂੰ ਹੀ ਚਲਾਉਣਾ ਕਿ ਡਰਾਈਵਰ ਰੂਪ ਰੱਖ ਲਿਆ ਕੋਈ ਕਾਰ ਮੈਂ ਹੀ ਚਲਾਉਣਾ ਹੈ ਕਾਰ ਮੈਂ ਹੀ ਚਲਾਉਣਾ ਵਧੀਆ ਚੱਲਦੀ ਆ ਕਾਰ ਚੱਲਦੀ ਤਾਂ ਵਧੀਆ ਥੋੜਾ ਜਿਹਾ ਕੰਮ ਕਰਾਉਣ ਵਾਲਾ ਕਾਰ ਦਾ ਹਾਂ ਜੇ ਕੰਮ ਹੋ ਜੇ ਕਾਰ ਤਾਂ ਪੂਰੀ ਰੈਲੀ ਹੋ ਜੂ ਵਧੀਆ ਚੱਲੂਗੀ ਕਾਰ ਭਾਈ ਵਧੀਆ ਵਧੀਆ
ਜਿਵੇਂ ਮੌਲ ਦੇ ਹੋਈ ਚਲਾਉਂਦਾ ਕਾਰ ਕੂਰ। ਹਾਂ ਇਹ ਤਾਂ ਹੈ ਪੂਰੇ, ਇਹ ਤਾਂ ਹੈ ਬਾਈ, ਗੇਰ ਗੁਰ ਦੇਖ ਕੇ ਪਾਉਣੇ ਪੈਂਦੇ ਨੇ, ਫਿਰ ਐ ਤੁਲੂ ਪੈਂਦੇ। ਸਰਬਸ ਸਰਬਸ ਜੀ ਕਰਾ ਲੈਣਾ ਦੀ ਕਹਿੰਦੇ ਨੇ, ਕਹਿੰਦੇ ਤੇਲ ਤੁਲ ਬਦਲਣਾ ਹੁੰਦਾ। ਬਸ ਇੱਕ ਦੋ ਗੇੜੇ ਹੋਰ ਦੇ ਦਈਏ ਫਿਰ ਕਰਾਵਾਂਗੇ ਸਰਬਸ। ਐ ਪਹਿਲਾਂ ਸਰਬਸ ਨਹੀਂ ਫਿਰ ਤੇਲ ਚੱਕ ਜਾਂਦੇ ਆ ਕਈ ਵਾਰ ਗੱਡੀ। ਅੱਛਾ ਹਾਂ, ਜਿਹੜੇ ਹਿਸਾਬ ਨਾਲ ਭਾਈ ਤੂੰ ਲੀਡਰ ਹੈ, ਤੈਨੂੰ ਕਾਰ ਵੱਡੀ ਚਾਹੀਦੀ, ਭਾਰੀ ਕਾਰ ਚਾਹੀਦੀ ਤੈਨੂੰ। ਪੂਰੇ ਸਲਾਹ ਤਾਂ ਵੱਡੀ ਦੀ ਕਰਦਾ ਸੀ, ਫਿਰ ਹੁਣ ਬਈ ਰਹੇ ਨਹੀਂ ਹੋਏ ਜੇ ਸਰੀਰ ਮੇਰੇ ਤਾਂ ਗੋਡਾ ਇਹ 'ਚ ਫਸ ਜਾਂਦਾ ਗਾ, ਵੱਡੀ 'ਚ ਤਾਂ ਫਿਰ ਮੇਰਾ ਐਵੇਂ ਅੰਗ ਪੈਰ ਹੋਰ ਕੋਈ ਸਿਆਪਾ ਨਾ ਛੱਡ ਜੇ। ਚਲਾ ਲਾਂਗੇ, ਪਹਿਲਾਂ ਵੱਡੀਆਂ ਬਥੇਰੀਆਂ ਚਲਾਈਆਂ ਨੇ, ਤੈਨੂੰ ਕਿਹੜਾ ਪਤਾ ਨੀ। ਹਾਂ ਤੂੰ ਵੀ ਡਰਾਈਵਰ ਰਹਾਂਗਾ। ਮੈਂ ਤਾਂ ਕਿਹੜਾ ਡਰਾਈਵਰ ਰਿਹਾ, ਰਿਹਾ ਕਿਉਂ ਨਾ, ਮੈਨੂੰ ਤਾਂ ਨਹੀਂ ਆਉਂਦੀ ਚਲਾਉਣੀ। ਅੱਛਾ ਤੈਨੂੰ ਤਾਂ ਆਉਂਦੀ ਨਹੀਂ ਫਿਰ ਕੋਈ ਨਾ, ਮੇਰੀ ਗੱਲ ਸੁਣ ਪੂਰੇ ਬਈ, ਸਾਰਾ ਕੁਛ ਹੋ ਜੂਗਾ ਜਦੋਂ ਮੈਂ ਕਹੂੰ, ਬਸ ਕੁੜਮਿਨੀ ਨੂੰ ਤਿਆਰ ਕਰਦੇ ਆ ਘਰ। ਮੈਂ ਕਿਹਾ ਜਦੋਂ ਮਰਜ਼ੀ ਲੈ ਜਾ ਕਰੀ, ਜੇ ਮੈਂ ਨਾ ਕਰੇ ਹੋਵਾਂ ਉਹਦੀ ਜਦੋਂ ਮਰਜ਼ੀ ਲੈ ਜਾ ਉੱਠਿਆ ਕੇ, ਵਾ ਸਰਕਾਰੀ ਪੈਸਾ ਲਿਆ ਦੇ ਘਰੇ। ਵਾ ਕੋਈ ਗੱਲ ਨਹੀਂ ਸਰਕਾਰੀ, ਇਹਦਾ ਤਰਸੇ ਪਿਆ ਸਰਕਾਰੀ ਪੈਸਾ ਦੇਖਣ ਨੂੰ, ਮੇਰੇ ਜੋ ਵੀ ਹੁੰਦਾ ਕਿਹੋ ਜਿਹਾ ਕੰਜਰ ਦਾ ਇਹ। ਤੂੰ ਕਹੇ ਤੇਰੇ ਵੀ ਲਵਾ ਦੇਣਾ ਮੈਂ ਨਾ ਭਾਈ, ਮੈਂ ਮੇਰੀ ਹਾਈ ਰਹਿ ਰਹੀ ਦੀ ਲਵਾ ਦੇ, ਮੈਂ ਦੀ ਤਾਂ ਲੱਗ ਗਈ, ਇਹਦੀ ਤਾਂ ਲੱਗ ਗਈ, ਹੋਰ ਕੜਮਾ ਲੂਣ ਤੇਲ ਦਾ ਹੀ ਖਰਚਾ ਮੇਰਾ ਚੱਕ ਹੋਊਗਾ ਨਾ, ਬਹੁਤ ਕੋਈ ਗੱਲ ਨਹੀਂ ਸਾਰਾ ਲੱਗ ਜਾਂਦਾ। ਮੈਂ ਤੈਨੂੰ ਹੋਰ ਗੱਲ ਕਰਨੀ ਦਿੱਕਾ, ਮੈਂ ਕਿਹਾ ਤੇਰੇ ਪੈਸੇ ਦਾ ਪ੍ਰਬੰਧ ਵੀ ਮੈਂ ਕਰੂੰਗਾ, ਮੇਰਾ ਹੱਥ ਪੈ ਗਿਆ ਕਿਸੇ ਪਾਸੇ, ਜੇ ਮੇਰਾ ਉਧਰੋਂ ਕੰਮ ਬਣ ਗਿਆ ਮਰੀ ਜਾਂਦਾ ਪੂਰੇ, ਹੋਰ ਲੋੜਾ ਹੋਰ ਦੇਖ ਲੈ, ਹੋਰ ਦੇ ਦਿੰਦਾ ਬਾਈ, ਕੀ ਗੱਲਾਂ ਕਰਦਾ ਤੂੰ, ਪੈਸੇ ਪੂਸੇ ਦਾ ਦੱਸ ਕੀ, ਆਉਣੀ ਜਾਣੀ ਚੀਜ਼ ਆ, ਰਿਸ਼ਤੇਦਾਰ ਵਰਤਣ ਵਾਲੇ ਹੋਣੇ ਚਾਹੀਦੇ ਨੇ ਕਿਉਂ, ਖੋਲ ਦਿੰਦਾ 5 ਲੱਖ ਐਤਕੀ ਭੱਠਲ ਨੂੰ ਦੇਤਾ, ਊਈ ਦੇਤਾ ਦੀਵਾਲੀ ਤੇ, ਮਗਾ 30 ਦਿਹਾੜੀਆਂ ਲਾਈ ਜਾ, ਤਕੜਾ ਕੰਮ। ਕੋਈ ਗੱਲ ਨੀ, ਪੈਸੇ ਪੁੱਛਦੀ ਤਾਂ ਪੂਰੇ ਮੇਲ ਵਰਤਣ। ਮੈਨੂੰ ਐ ਦੱਸ ਪਹਿਲਾਂ, ਮੈਂ ਚਲਾ ਸਕਦਾ ਕਾਰ, ਗੱਡੀ ਚਲਾ ਲੂਗਾ ਮੈਂ, ਕਲਵੀਰ ਦੀ ਮਾਂ ਨੂੰ ਇੱਕ ਪਿੰਨੀ ਤੜਕੀ ਦੇਣ ਦੀ ਆ, ਇੱਕ ਪਿੰਨੀ ਦੁਪਹਿਰੇ ਦੇਣ ਦੀ, ਇੱਕ ਪਿੰਨੀ ਹੱਥ ਨੀ, ਮੈਂ 3 ਪਿੰਨੀਆਂ ਚਮਦਾ ਤਲਾਂਦੀਆਂ। ਲਿਆ ਨੀ ਰੋਟੀ ਰਾਟੀ ਲਾ ਕੇ ਲਿਆ? ਹਾਂ ਨਾ ਮੈਂ ਚੱਲਦਾ, ਨਾ ਨਾ ਮੈਂ ਚੱਲਦਾ, ਪਰ ਮੈਂ ਜਾ ਕੇ ਆਉਣਾ ਮਾੜਾ ਜਿਹਾ, ਗੁਜਰਾ ਖੜਦਾ ਇੱਕ ਮੁੰਡੇ ਦੇ ਨਾ, ਥੋੜਾ ਜਿਹਾ ਕੰਮ ਕਰਾਉਣਾ ਹੈਗਾ ਆਪਾਂ, ਬਦਲੀ ਕਰਾਉਣੀ ਹੈਗੀ, ਹੁਣ ਨਵਾਂ ਉਹ ਟੀਚਰ ਦਾ ਲੱਗਾ ਉਧਰ ਬਾਰਡਰ ਏਰੀਆ ਚ, ਪੋਸਟ ਆਈਆਂ ਆਈਆਂ ਹੋਈਆਂ ਉਹਨਾਂ ਦੀਆਂ। ਚੰਗਾ ਪੂਰੇ, ਚੰਗਾ ਹਾਂ, ਚੰਗਾ ਗੁੜਮਣੀਏ, ਚੰਗਾ ਹਾਂ, ਆ ਜੀ ਹਣਾ ਫਿਰ ਤੋਰਦੀ ਤੂੰ ਪੂਰੇ। ਹਾਂ ਐ ਜੀ ਜਦੋਂ ਲੈਣਾ ਹੋ ਮੇਰਾ ਹੀ ਗੱਡੀ ਦੀ ਤਾਂ ਮੈਂ ਭੰਨੂ ਦੱਸ ਤੂੰ ਕੀ ਗੱਲਾਂ ਕਰਦਾ, ਕਮਾਲ ਹੀ ਹੋ ਗਈ ਮਹਾਰਾਜ, ਗੱਡੀ ਨੂੰ ਬੜਕ ਬੜਕ ਪੈਂਦਾ ਦੀ ਆਪਣੀ ਕੰਨ, ਇਹ ਕਿਵੇਂ ਭਾਇਆ ਠੰਡਾ ਬਰਫ ਵਰਗ ਹੋਇਆ ਫਿਰਦਾ, ਇਹਦਾ ਕਹਿੰਦਾ ਮੈਨੂੰ ਪੈਸੇ ਦੀ ਲੋੜ ਹੈ ਕੋਈ ਨਹੀਂ, ਇਹੋ ਜਿਹਾ ਕਹਿੰਦਾ ਕੀ ਮੰਤਰ ਵੱਜ ਗਏ ਤੇ, ਹੈ ਕਮਾਲ ਹੋ ਗਈ ਹੈ, ਕਹਿੰਦਾ ਪੈਸੇ ਨਹੀਂ ਚਾਹੀਦੇ ਮੈਨੂੰ। ਵੇ ਆ ਜਾ ਹੁਣ ਬਾਹਰ ਨਿਕਲਿਆ, ਇੱਥੋਂ ਨਹੀਂ ਨਿਕਲਦਾ ਅੰਦਰ, ਹਨੇਰਾ ਹੋਈ ਜਾਂਦਾ ਵਾ, ਉਧਰ ਉਹਨਾਂ ਨੇ ਹਨੇਰਾ ਕਰਾਤਾ, ਨਿਕਲਿਆ ਹੁਣ। ਦੇਖ ਭਾਈ ਕਰੇਗੀ ਤਾਂ ਤੂੰ ਆਪਦੀ ਮਰਜ਼ੀ, ਪਰ ਮੈਨੂੰ ਬੰਦੇ ਠੀਕ ਨਹੀਂ ਹੈਗੇ, ਮੈਂ ਤੈਨੂੰ ਪਹਿਲੇ ਦਿਨ ਹੀ ਕਹਿਤਾ ਸੀਗਾ। ਬੰਦੇ ਕਬੀਲਦਾਰ ਆ, ਠੀਕ ਕਿਵੇਂ ਨਹੀਂ ਹੈਗੇ, ਆਪਦੇ ਕੋਲੇ ਗੱਲਾਂ ਬਣਾਈਆਂ ਨਾ, ਸਾਰੇ ਤੇਰੇ ਵਰਗੇ ਨਹੀਂ ਹੈਗੇ, ਅੱਡੀ ਚੱਕ ਟੁੱਕੜ ਬੋਚ ਕਿਸੇ ਥਾਂ ਦਾ, ਕਬੀਲਦਾਰੀ ਵਾਲੇ ਲੱਛਣ ਲੱਗਦੇ ਨਹੀਂ ਹੈਗੇ। ਕੋਈ ਨਹੀਂ ਨਹੀਂ ਗੁੜਗੇ, ਅੱਜ ਫੋਨ ਲੈ ਕੇ ਨਾ ਬੈਠੀ ਰਹੀ, ਕੰਮ ਕਰ ਲਈ,
ਦਾਲ ਦੂਲ ਧਰ ਲਈ। ਮਰਜ਼ੀ ਆ ਭਾਈ ਤੇਰੀ, ਮੈਂ ਤਾਂ ਸਮਝਾਉਣਾ ਸੀਗਾ ਮੇਰਾ ਫਰਜ਼। ਕੋਈ ਨਹੀਂ, ਮਰਜ਼ੀਆਂ ਸਾਡੀਆਂ ਹੀ ਚੱਲਣਗੀਆਂ, ਨਾ ਤੂੰ ਤਿੰਨਾਂ ਚੋਂ ਨਾ ਤੇਰਾਂ ਚੋਂ। ਦੇ ਬਾਹਲਾ ਔਖਾ ਭਰਾ ਹੁਣ ਦੀ ਲੋੜ ਨਹੀਂ ਤੈਨੂੰ, ਮੈਂ ਤਾਂ ਸੀਰੀ ਰੱਖ ਲੂੰ 1,00,000 ਰੁਪਏ 'ਚ, ਮੈਨੂੰ ਨਹੀਂ ਕਿਸੇ ਸਾਨ ਦੀ ਲੋੜ ਕਿਸੇ ਦੀ। ਦੇਖ ਭਾਈ, ਮੇਰੇ ਭਰਾ ਦਾ ਘਰ ਆ ਤੇ ਧੀ ਘਰੇ ਜਵਾਨ ਆ, ਮੈਂ ਨਹੀਂ ਬਗਾਨਾ ਬੰਦਾ ਘਰੇ ਵੜਨ ਦੇਣਾ। ਕੋਈ ਨਹੀਂ, ਮੇਰੀ ਵੀ ਧੀ ਆ, ਮੈਨੂੰ ਕਿਹੜਾ ਦੀਆਂ ਜ਼ਿੰਮੇਵਾਰੀਆਂ ਦਾ ਪਤਾ ਨਹੀਂਗਾ। ਜਾਦੇ ਵਿੱਚ ਮੈਂ ਬਣਦਾ ਰਹਿਣਾ, ਤੂੰ ਨਾ ਤਿੰਨਾਂ ਚੋਂ ਨਾ ਤੇਰਾਂ ਚੋਂ ਤੂੰ ਬਗਾਨੀਆਂ ਬਗਾਨੀ ਸੀਗਾ ਪਿਆ। ਮੈਨੂੰ ਪਤਾ ਅਗਲਾ ਕੀ ਕੁਛ ਕਹਿ ਕੇ ਗਿਆ। ਕੀ ਕਹਿ ਕੇ ਗਿਆ ਤੈਨੂੰ? ਕਿਹਾ ਤਾਂ ਕੁਛ ਨਹੀਂਗਾ, ਫੇਰ ਐਵੇਂ ਤੇ ਵਿੱਚ ਵੱਜਦਾ ਫਿਰਦਾ ਸਾਡੇ। ਮੇਰੀ ਜ਼ਿੰਮੇਵਾਰੀ ਬਣਦੀ ਆ ਭਾਈ, ਤੂੰ ਤਾਂ ਲਾ ਲਾ ਜ਼ਿੰਮੇਵਾਰੀ, ਮੈਂ ਬਗਾਨਾ ਹੁੰਨਾ ਹੈ। ਕੋਈ ਕੀਲ ਸਪੇਰਾ ਲੈ ਜੂਗਾ, ਭੈਣੇ ਨਾਗ ਸਾਂਭ ਲੈ ਜੁਲਫਾਂ ਦੇ, ਬਸ ਓਏ ਭੈਣੇ ਨਾਗ ਸਾਂਭ ਲੈ ਜੁਲਫਾਂ ਦੇ। ਇਹਦਾ ਗੀਤ ਜਾਂ ਹੋਰ ਲੋਟ ਗਾ ਦੇ ਨਾਲ ਓਏ ਹੈ ਚਾਚਾ ਫਿਰ ਆਇਆ ਨਾ, ਸਾਨੂੰ ਤਾਂ ਉੱਥੇ ਡੇਰੇ 'ਚ ਕਿਹਾ ਹੈ ਵੀ ਬਗਾਨੀਆਂ ਨੂੰ ਸਾਰੀਆਂ ਨੂੰ ਭੈਣਾ ਕਹਿਣਾ, ਹੁਣ ਅਸੀਂ ਐਂ ਤਾਂ ਕਹਿ ਨਹੀਂ ਸਕਦੇ ਨੀ ਨਾਗ ਸਾਂਭ ਲੈ ਜੁਲਫਾਂ ਦੇ, ਰਿਸ਼ਤਾ ਡੇਰੇ ਦੇ ਹਿਸਾਬ ਨਾਲ ਹੀ ਗਾਉਣਾ। ਗੀਤ ਜੇ ਖੜੇ ਜੇ ਬਾਲਾਂ ਦਾ, ਹਾਂ ਉਹਦੇ ਹੀ ਆ ਤੇ ਜੀਵਾਂ ਇਸ ਦਾ। ਕਰੀਓ ਭਾਈ, ਓਹੋ ਭਾਈ ਇਸ ਤਾਂ ਲੇਟ ਏ ਬਾਲਾ ਹੋ ਗਏ। ਸਤਿ ਸ੍ਰੀ ਅਕਾਲ ਭਾਈ। ਹਾਂ ਲੈ ਜਾ ਆਪਣਾ ਨਾਮ ਭੈਣੇ। ਇਹ ਭਾਈ ਇਹਦਾ ਇਹਦਾ ਦੂਜਾ ਬੋਲਦਾ। ਅੱਛਾ 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 ਅੱਛਾ, ਬਜ਼ੁਰਗ ਨੇ ਵੱਡੇ। ਹਾਂਜੀ ਹਾਂ ਭਾਈ, ਤੁਸੀਂ ਲੇਟ ਹੀ ਬਹੁਤ ਹੋ ਗਏ ਤੁਹਾਨੂੰ। ਲੇਟ ਤਾਂ ਭਾਈ ਕੀ ਕਰੀਏ ਹੁਣ ਅਸੀਂ, ਸਾਡਾ ਕੋਈ ਬੰਦਾ ਆ ਕੇ ਬਹਿ ਗਿਆ ਕਬੀਲਦਾਰੀ ਵਾਲਾ, ਉਹਦਾ ਕੰਮ ਅੜਿਆ ਸੀ ਹਰਪਾਲ ਚੀਮੇ ਕੋਲੇ, ਫਿਰ ਟੈਲੀ ਫੋਨ ਕਰਾਇਆ, ਫਿਰ ਕੰਮ ਹੋ ਗਿਆ। ਚਲੋ ਆਪਾਂ ਚਲੋ ਭਾਈ, ਕਾਰ ਕੱਢ ਲਓ ਫਿਰ ਤੁਸੀਂ, ਦੇਖ ਲਓ ਚੌਕੇ ਚੌਕੇ ਦੇਖ ਲਓ ਭਾਈ, ਵੇਖੀ ਚੌਕੇ ਫਿਰ ਬਗੜਾ ਜਾ ਲੈ ਫਿਰ। ਮੈਨੂੰ ਦਿਖਾ ਚਾਚਾ ਮੈਂ ਸੋ, ਮੈਨੂੰ ਦਿਖਾ ਮੈਂ ਸੋ, ਆ ਲੈ ਲੈ ਪੜਾ ਪਾਉਣਾ ਬੂ, ਆ ਦੇਖ ਲਓ ਚੌਕੇ। ਚਾ ਤੁਸੀਂ 2 ਮਿੰਟ ਭਾਈ ਬਾਹਰ ਹੋ ਜਾਓ, ਫਿਰ ਅਸੀਂ ਉਹਦੀ ਦੇਖ ਲਈਏ, ਡਰਦੀ ਰੁੱਦੀ ਸੇ ਤੋਗੀ। ਤੈਨੂੰ ਪਤਾ ਲਈ ਤਸੱਲੀ ਹੁਣ ਫਿਰ, ਤੈਨੂੰ ਪਤਾ ਚਾਚਾ ਹੈ ਮੈਸਾਂ ਮੂਸਾਂ ਦੇਖਣ ਤਾਂ ਮੈਨੂੰ ਹੀ ਲਿਆਂਦੇ ਨੇ ਪਿੰਡ 'ਚ, ਕਿਸੇ ਨੇ ਮੈਸ ਲਵਾਉਣੀ ਆ, ਹੋਰ ਕੰਮ ਆ ਕੋਈ, ਪੂਰਾ ਪਾਰਖੂ ਆ ਮੈਸਾਂ। ਚੁੱਪ ਕਰ ਜਾ ਹੁਣ, ਤੂੰ ਵਿੱਚ ਕੁਛ ਬੋਲੀ ਨਾ, ਅਗਲਿਆਂ ਨੂੰ ਪਸੰਦ ਆ ਗਈ, ਆ ਧਾਰ ਧੂਰ ਵਧੀਆ ਨਿਕਲੀ ਆ ਮੱਝ ਦੀ, ਵਧੀਆ ਦੁੱਧ ਨਿਕਲਿਆ ਹੈਗਾ। ਚੋਟੀ ਦੀ ਮੈਸਾਂ ਚੁੱਪ ਤੂੰ ਤੁਹਾਨੂੰ ਜੋ ਦੋ ਤੂੰ ਵਿੱਚ ਕਰਵਾੜ ਜਾਣਾ ਹਰੇਕ ਵਾਰ ਦੇ ਵਿੱਚ। ਅੱਛਾ ਭਾਈ ਚੋਲੀ ਧਾਰ ਮੈਸ ਤਾਂ ਵਧੀਆ ਪਈ ਤੁਹਾਡੀ। ਅੱਛਾ ਜੀ ਹਾਂ, ਮੈਂ ਸੁੱਖਣ ਨਾਲ ਭਾਈ ਬਹੁਤ ਫੀਲ ਹੈ। ਨਸਲ ਦੀ ਰਵੇ ਦੀ ਰੇਟ ਵਾਲੀ ਵੀ ਚੱਲ ਕੋਈ ਗੱਲ ਨੀ ਭਾਈ, ਜਦੋਂ ਘਰ ਤੇ ਕੋਈ ਬੰਦਾ ਹੈਗਾ ਨਾ ਦੇ ਦਾਂਗੇ ਭਾਈ, ਕੋਈ ਗੱਲ ਨੀ। ਮੁੰਡਾ ਕਹਿੰਦਾ ਵੀ ਡੇਡੀ ਇਹਨਾਂ ਜਿੰਨੇ ਮੰਗਦੇ ਨੇ, ਕਹਿੰਦਾ ਦੁੱਗਣੇ ਦੇ ਆਂਟੀ ਨੂੰ ਕੋਈ ਚੱਕਰ ਨਹੀਂ, ਰੇਟ ਨਹੀਂ ਜੀ ਘੱਟ ਹੋਣਾ, ਨਾ ਕਰਦੇ ਵੀ ਨਹੀਂ ਸੀ। ਠੀਕ ਹੈ ਠੀਕ, ਚਲੋ ਫਿਰ ਦਿਓ ਪੈਸੇ ਫਿਰ ਆਪਾਂ ਨਵੇੜੀਏ। ਕੋਈ ਨਹੀਂ, ਮੈਂ ਗੱਲ ਕਰਦੀ ਹਾਂ, ਗੱਲ ਕਰਦੀ ਹਾਂ, ਗੱਲ ਜਾ ਤੂੰ ਅੰਦਰ ਜਾ ਕੇ, ਆਹ ਕਰ ਲਈਏ ਬਈ ਰਾਏ ਵਾਲੀ, ਅਸੀਂ ਦੁੱਧ ਲੈ ਲਓ ਘਰੇ ਉਧਰ, ਹਾਂ ਦੁੱਧ ਲੈ ਲਓ, ਹਾਂ ਲੈ ਜਾ। ਮੈਂ ਇਸ ਮੈਂ ਕਿਹਦੀ ਕਹਿਆ ਸੀ, ਮੈਂ ਸਾਨੂੰ ਵੀ ਪਸੰਦ ਆ। ਅੱਛਾ ਜੀ, ਅਸੀਂ ਮੜਾ ਦਿਨ ਦੋਨ ਜਾ ਕਢਾ ਲਈਏ ਕਿਤੇ ਕੋਈ। ਹਾਂਜੀ ਦਿਨ ਕਢਾਉਂਗੇ ਜੀ, ਹਾਂ ਸਾਡਾ ਭਾਈ ਥੋੜਾ ਜਿਹਾ ਨਵੇੜਾ ਫਰਕ ਕੰਮ ਹੈ, ਵਹਿਮ ਕਰਦੇ ਹਾਂ ਕੋਈ, ਹਾਂ ਕੋਈ ਨਹੀਂ ਜੀ। ਸਾਡਾ ਭਾਈ ਬਣਾਇਆ ਨਾ ਮੇਰੀ ਜਿਹੜੀ ਤੀਵੀ ਸੀ, ਹਾਂ ਉਹ ਥੋੜਾ ਜਿਹਾ ਘਰ ਚ ਝਾਕਣਾ ਹੀ ਰੱਖਦੀ ਹੈ। ਕੋਈ ਨਹੀਂ ਬੜੇ ਦਿਨ ਕਢਾ ਲਈ। ਠੀਕ ਹੈ ਠੀਕ, ਕੋਈ ਨਹੀਂ ਕੋਈ ਨਹੀਂ। ਹੋਰ ਲੜਕੀ ਠੀਕ ਹੈ? ਬਸ ਹਾਂਜੀ ਹਾਂ ਵਧੀਆ ਜੀ, ਬਸ ਤੁਹਾਨੂੰ ਡੀਕਦਾ ਡੀਕਦਾ ਹਨੇਰਾ ਕਰ ਲਿਆ ਸੀ ਤਾਂ। ਅੱਛਾ ਹਾਂਜੀ, ਮੈਨੂੰ ਤਾਂ ਤੂੰ ਰਾਤ ਸੁਪਨੇ 'ਚ ਵੀ ਦਿਖੀ ਗਈ ਲੱਗਦਾ। ਹੋਰ ਮੈਨੂੰ ਤਾਂ ਇਹ ਦਿਖੀ ਗਈ, ਮੈਂ ਖੇਤ ਮਹਾ ਫਿਰਦੀ ਆ ਮਗਰ ਤੁਰੀ ਤੁਰੀ ਹੈ।
ਕੋਈ ਨੀ ਭਾਈ, ਹੁਣ ਆਪਣੀ ਘਰ ਵਾਲੀ ਗੱਲ ਹੀ ਹੋ ਗਈ। ਲੈ ਹੋਰ ਹੁਣ ਅਸੀਂ ਸਮਾਂ ਦੀ ਪਾਠ ਕਰਾਵਾਂਗੇ ਸਾਡੇ ਘਰੇ ਆਈ ਤੂੰ। ਅੱਛਾ ਕੋਈ ਨੀ ਭਾਈ, ਜ਼ਰੂਰ ਆਵਾਂਗੇ। ਕੋਈ ਨੀ ਮਹਾਰਾਜ, ਸੁੱਖ ਦਾ ਟਾਈਮ ਲੈ ਵੀ ਆਪਾਂ ਜ਼ਰੂਰ ਆਵਾਂਗੇ ਘਰੇ। ਸਤਸੰਗ ਕਰਾਵਾਂਗੇ ਚਾਚਾ ਆਪਾਂ। ਲੜਕੀ ਦਾ ਇੰਨਾ ਮੋਹ ਹੋਦਾ ਮੈਨੂੰ ਤਾਂ, ਸਤਸੰਗ ਕਰਾਵਾਂਗੇ ਭਾਈ। ਅੱਛਾ, ਲੜਕੀ ਦਾ ਇੰਨਾ ਮੋਹ ਹੋਦਾ ਮੈਨੂੰ ਸੁਪਨੇ ਚ ਰਾਤ ਐ ਕਹਿ ਕਹੇਗੀ, ਹੁਣ ਕਹੇਗੀ ਰਹਿ ਗਈ ਭਾਈ ਤੂੰ ਕੀ ਕਹਿਣਾ ਐ ਮੈਨੂੰ ਕਰੀ ਗਈ ਡੇਡੀ। ਨਰਾਲਾ ਫੀਡ ਪਾਓ ਡੇਰੇ ਚੋਂ ਲਿਆ ਕੇ, ਖੜ ਜਾ ਵੇ, ਬਰਕਤ ਆ ਜੂ ਤੁਹਾਡੇ ਕੀਲੇ ਤੇ। ਹਾਂ, ਮੈਸਾਂ ਡੇਰੇ ਸਾਰੀਆਂ ਮੈਂ ਸਾਂਭਦਾ, ਐਡੀਆਂ ਐਡੀਆਂ ਚੌੜੀਆਂ ਮੈਸਾਂ ਨੇ, ਚਾਹੇ ਮੰਜਾ ਡਾ ਲਾ ਉੱਤੇ। ਬਰਕਤ ਬਹੁਤ ਪੈਂਦੀ ਹੈ। ਸਾਧੂਆਂ ਨੇ ਕਿਹਾ ਵੀ ਕਹਿੰਦੇ ਵੀ ਘਰ ਚ ਤੀਵੀ ਹੱਸੇ, ਕਹਿੰਦੇ ਵੀ ਐ ਸਮਝ ਲੈ ਵੀ ਬਰਕਤ ਏ ਬਰਕਤ। ਇਹ ਤਾਂ ਹੈਗਾ ਬਾਈ, ਸਾਧੂ ਸੰਤਾਂ ਦੇ ਬੋਲ ਤਾਲੇ ਹੱਸਦੀ ਹੋਈ ਨੀ ਲੱਗਦੀ ਜੋ ਫਲ ਝੜੀਆਂ ਖਿੜਦੀ ਹੁੰਦੀ ਐ ਲੱਗਦਾ ਹੈ। ਹੋਰ ਹੁਣ ਚੱਲ ਬਾਈ, ਅਜੇ ਚਾਹ ਬਣਾ ਲੈਣੇ ਘਰੇ, ਅਜ ਬਾਲੇ ਸ਼ੌਕ ਨਾਲ ਪਾਲ ਲਈ ਤੇ ਮੈਂ ਮੁੜ ਕੇ ਰੱਖੀ ਤੇ ਹੁਣ ਫਿਰ ਪਸ਼ੂ ਬਾਲੇ ਹੋ ਗਏ, ਸਾਂਭੇ ਨੀ ਜਾਂਦੇ ਬਾਈ। ਹਾਂ, ਇੱਕ ਠੰਡ ਜੀ ਹੋ ਗਈ ਨਾ, ਫਿਰ ਮੈਂ ਕਿਹਾ ਔਖਾ। ਕਿੱਧਰ ਨੀ ਜਾਂਦੇ ਤੁਸੀਂ? ਕਿੱਧਰ ਬਾਈ? ਚਿੱਟੇ ਰੰਗ ਦੀ ਲੈਂਦੀ ਉਹ ਲੰਬੀ ਜੀ ਗੰਜਰ ਦੀ। ਅੱਛਾ ਅੱਛਾ, ਹੋਰ ਵਾਲੀ ਵੀ ਤੇ ਕਰ। ਚਲੋ ਚਲੋ, ਵਧੀਆ ਹੋ ਗਿਆ, ਕਰਾਉਣੀ ਤਾਂ ਨਹੀਂ ਹੁੰਦੀ ਮੈਨੂੰ। ਅੱਛਾ ਅੱਛਾ, ਮੈਂ ਤਾਂ ਤੇਰਾ ਨਾਂ ਹੀ ਨਹੀਂ ਪੁੱਛਿਆ ਹਜੇ ਤੱਕ, ਕੀ ਨਾਮ ਤੇਰਾ? ਅੱਛਾ ਬਾਈ, ਮੇਰਾ ਨਾਂ ਕਰਮਜੀਤ ਆ ਤੇ ਕੰਮੋਂ ਕਹਿੰਦੇ ਪਿੰਡ ਸਾਰੇ ਮੈਨੂੰ। ਅੱਛਾ ਅੱਛਾ ਜੀ, ਮੈਂ ਕਹਿੰਦਾ ਜੀ, ਮੈਂ ਤੁਸੀਂ ਹਜੇ ਜਵਾਨ ਪਿਓ, ਤੁਸੀਂ ਕੋਈ ਆਪਦਾ ਗਾਹਾਂ ਪਰਿਵਾਰ ਵਧਾਉਣ ਬਾਰੇ ਸੋਚੋ ਮਾੜਾ ਮੋਟਾ। ਹੈ ਨਹੀਂ ਬਾਈ, ਹੁਣ ਜ਼ਮੀਨ ਲੈ ਆਵਾਂਗੇ ਅਸੀਂ ਬਸ। ਫਿਰ ਉਹੀ ਗੱਲ ਹੈ ਨਾ, ਕੁੜੀ ਵਿਆਹੀ ਜੂਗੀ ਮਗਰ ਭਾਈ ਤੁਹਾਡੇ ਫਿਰ ਔਖਾ ਹੋ ਜੂ ਤੁਹਾਨੂੰ। ਅੱਜ ਕੱਲ੍ਹ ਸਮਾਂ ਖਰਾਬ ਹੈ, ਹੈ ਐਂ ਹੁੰਦਾ ਲੈ ਹੁਣ ਮੈਨੂੰ ਮੇਰੇ ਰਿਸ਼ਤੇਦਾਰ ਸਾਰੇ ਸਾਡਾ ਭਣੋਈਆ ਜ਼ੋਰ ਲਾਈ ਜਾਂਦਾ ਮੈਨੂੰ ਮੇਰਾ, ਕਹਿੰਦਾ ਵੀ ਮਾੜਾ ਮਾੜਾ ਤੂੰ ਦੇਖ ਕਹਿੰਦਾ ਹੈ ਆਓ ਵੀ ਰੋਟੀ ਦਾ ਹੀ ਲਾ। ਹੋਰ ਹੁਣ ਮੁੰਡਾ ਹੁਣ ਕਹਿੰਦਾ ਅਮਰੀਕੇ ਵਗ ਜੂ, ਕਹਿੰਦਾ ਵੀ ਨਹੀਂ ਇਹ ਤਾਂ ਹੈਗਾ ਭਾਈ ਤੇਰਾ ਰੋਟੀ ਦਾ ਔਖਾ ਹੋ ਜੂਗਾ। ਆਹ ਕੱਲ ਨੂੰ ਨੂੰ ਬਾਹਰਲੀ ਆ ਗਈ, ਉਹ ਤਾਂ ਵਿਚਾਰੀ ਕਦੇ ਘੁੰਮਣ ਫਿਰਨ ਆ, ਜੇ ਕੋਈ ਚੰਗੀ ਆ ਗਈ ਫਿਰ ਕੋਈ ਆਹੋ ਵੀ ਨਹੀਂ ਹੈਗਾ। ਜੇ ਕੋਈ ਮੈਂ ਤਾਂ ਐਂ ਕਹਿੰਦਾ ਵੀ ਮੁੰਡੇ ਨੂੰ ਮਾਂ ਵਾਲਾ ਪਿਆਰ ਮਿਲੀ ਜਾਵੇ ਚੰਗੀ ਆ ਜੇ, ਕੀ ਮਾੜੀ ਹੈ। ਕੋਈ ਨੀ ਬਾਈ, ਤੇਰੀ ਉਮਰ ਕਿੰਨੀ ਆ ਭਾਈ? ਮੇਰੀ ਬਾਈ 40 ਕੁ ਸਾਲ ਹੈ। ਕੋਈ ਉਮਰ ਨਹੀਂ ਭਾਈ, ਕੋਈ ਉਮਰ ਨਹੀਂ। ਮੈਂ ਤਾਂ ਬਾਈ ਉਮਰ ਛੋਟੀ ਸੀ ਜਦੋਂ ਮੈਂ ਵਿਧਵਾ ਹੋ ਗਈ ਸੀ, ਉਹੀ ਤਾਂ ਆਇਆ ਵੀ ਰੰਗ ਰੂਪ ਸਰਫਤ ਸੁੱਖ ਨਾਲ ਤੇਰਾ ਐ ਪਿਆ ਬਦਾਮ ਵਰਗਾ ਤੇਰਾ। ਬਸ ਬਾਈ ਫਿਕਰਾਂ ਨੇ ਖਾ ਲਏ, ਪਹਿਲਾਂ ਵਾਲੀ ਸੋਹਣੀ ਹੁੰਦੀ ਸੀ ਬਾਈ, ਹੁਣ ਤਾਂ ਕੁੜੀ ਦਾ ਫਿਕਰ ਹੈ ਕਿ ਕੁੜੀ ਜਵਾਨ ਹੋ ਗਈ, ਵੱਡੀ ਕਬੀਲਦਾਰੀ ਹੈ, ਟੈਨਸ਼ਨ ਨਾ ਬਾਹਰ ਭਾਈ। ਕੋਈ ਕਈ ਵਾਰ ਕੋਈ ਹੁੰਦਾ ਵੀ ਚਲ ਸਿਰ ਤੇ ਚੁੰਨੀ ਰੱਖਣਾ ਹੱਥ ਅੜੋਕਣ ਕਰਨ ਵਾਲਾ ਹੋਵੇ, ਕੋਈ ਗੌਰ ਕਰੋ ਤੁਸੀਂ ਭਾਈ ਐ ਕਿੰਨਾ ਟਾਈਮ ਹੋ ਤੁਸੀਂ ਤਾਂ ਮੈਨੂੰ ਤਾਂ ਮਾਤਾ ਦੇ ਘਰ ਵਾਲਾ ਕਿਤੇ ਬੰਦਾ ਹੈ। ਨਹੀਂ ਬਾਈ, ਇਹ ਤਾਂ ਫਿਰ ਐਂ ਹੁੰਦਾ ਕਿਤੇ ਰਾਤ ਬਰਾਤੇ ਤੇਰੀ ਗੱਲ 'ਚ ਗੂਠਾ ਦੇ ਕੇ ਮਾਰਤਾ ਤੈਨੂੰ ਕੀ ਕਰੇਗੀ ਤੂੰ ਜੇ ਤੇਰੇ ਹੈ ਤੇਰਾ। ਨਹੀਂ ਬਾਈ, ਉਹ ਤਾਂ ਇੱਧਰ ਰਹਿੰਦਾ ਪਸ਼ੂ ਵਾਲੇ, ਉੱਧਰ ਤਾਂ ਕੋਈ ਪਤਾ ਹੀ ਨਹੀਂ ਹੁੰਦਾ ਭਾਈ, ਦਾਰੂ ਪੀ ਕੇ ਕੰਧ ਕੰਧ ਟੱਪ ਜੇ ਬੰਦਾ। ਚਲੋ ਆਪਦੇ ਕਰਮਾ ਬਾਈ, ਫਿਰ ਦੇਖੀ ਜਾਓ। ਕੋਈ ਦੇਖ ਮਾੜਾ ਮੋਟਾ ਤੁਸੀਂ ਦੇਖੋ ਭਾਈ, ਰਿਸ਼ਤੇਦਾਰਾਂ ਨੂੰ ਕਹੋ। ਕੋਈ ਨਹੀਂ ਬਾਈ, ਦੇਖਾਂ ਕਿ ਮੈਂ ਦੇਖਾਂ
ਕੁੜੀ ਵਾਸਤੇ ਦੇਖੂਗੀ ਬਾਈ ਹੁਣ ਮੈਂ ਆਪਦਾ ਤਾਂ ਬਸ ਮੇਰੀ ਤਾਂ ਉਮਰ ਲੰਘ ਗਈ ਕੁੜੀ ਵੀ ਹੋ ਜੂ ਚਲੋ ਚਲੋ ਦੇਖਾਂਗੇ ਜਿਵੇਂ ਕੋਈ ਸਕੀਮ ਬਣਦੀ ਚਲੋ ਮੈਂ ਪਿਸ਼ਾਬ ਜਾ ਕਰਾਂ ਭਾਈ ਆਉਣਾ ਕੁੰਡਾ ਚਾਹ ਪੀ ਜੇ ਬਾਈ ਇੱਧਰ ਆ ਗਿਆ ਭਰਪੂਰ ਸਿਆਂ ਜੇ ਗੱਲ ਬਣ ਜੇ ਮੈਂ ਇਸ ਤੋਂ ਪਹਿਲਾਂ ਤੀਵੀਂ ਉਹ ਲੈ ਜਾਂ 10 ਕਿੱਲੇ ਆਉਣਗੇ ਨਾ ਮਾਈਸਾਂ ਵੀ ਤੇਰੀਆਂ ਤੀਵੀਂ ਵੀ ਤੇਰੀ 10 ਕਿੱਲੇ ਵੀ ਤੇਰੇ ਕਰਕੇ ਲੱਭਾ ਆਉਂਦੇ ਸਿਆਲ ਹੋ ਜਾਏ